ਭਾਈ ਮੈਂ ਕੋਈ ਧਰਨੇ ਧੁਰਨੇ ਚ ਨਹੀਂ ਗਿਆ, ਚਾਹੇ ਸਾਹ ਦਵਾ ਲਓ ਮੇਰੇ ਤੋਂ। ਭੈਣ ਦੇ ਖਸਮਾ ਜੇ ਮੈਂ ਇਧਰ ਆ ਗਈ ਤੈਨੂੰ ਕਣਕ ਚ ਕੁੱਟੂ, ਇਧਰ ਆ ਜਾ। ਕੀ ਹੋਇਆ ਭੈਣੇ? ਤੇਰੇ ਨਾਲ ਬਾਅਦ ਚ ਗੱਲ ਕਰਾਂਗਾ, ਉਹਨੂੰ ਬੁਲਾ ਨਹੀਂ ਪਹਿਲਾਂ। ਭਾਈ ਹਟੀ ਨਹੀਂ ਬੇਬਾ ਤੂੰ, ਹਟੀ ਨਹੀਂ। ਹਾਂ ਵੀ ਦਰਸ਼ਕੋ, ਸਿਰਫ ਅੱਧਾ ਸਕਿੰਟ ਲਊਂ ਗੱਲ ਕਹਿਣ ਦਾ, ਜ਼ਰੂਰੀ ਗੱਲ ਹੈ ਕੋਈ। ਤੇ ਵਿੱਚ ਬਹੁਤ ਲੋਕ ਗਿਆਨ ਵੰਡੀ ਜਾਂਦੇ ਨੇ ਕਮੈਂਟਾਂ 'ਚ, ਟੀਮ ਟੁੱਟ ਗਈ, ਟੀਮ ਟੁੱਟ ਗਈ, ਓਏ ਸਿੱਧਾ ਕਹਿ ਦਿਓ ਟੀਮ ਟੁੱਟ ਗਈ। ਸੋ ਬਾਬਿਓ, ਸਾਡੀ ਕੋਈ ਟੀਮ ਨਹੀਂ ਟੁੱਟੀ, ਕੱਲ੍ਹ ਵੀ ਅਸੀਂ ਇਕੱਠੇ ਦੀ, ਅੱਜ ਵੀ ਅਸੀਂ ਇਕੱਠੇ ਹਾਂ, ਅਤੇ ਆਉਣੇ ਸਮੇਂ 'ਚ ਵੀ ਅਸੀਂ ਇਕੱਠੇ ਰਹਾਂਗੇ। ਸਾਡੇ ਉਹ ਭਾਈ ਨੇ, ਸਾਡੀ ਟੀਮ ਨਹੀਂ ਹੈਗੀ, ਪਹਿਲੀ ਗੱਲ, ਠੀਕ ਹੈ। ਦੂਜੀ ਗੱਲ ਇਹ, ਤੁਸੀਂ ਪਰਮਾਤਮਾ ਅੱਗੇ ਅਰਦਾਸ ਕਰੋ, ਕਿਉਂਕਿ ਸਾਡੇ ਜਿਹੜੇ ਭਾਈ ਨੇ ਥੋੜ੍ਹੇ ਜਿਹੇ ਵੱਡੇ ਪ੍ਰੋਜੈਕਟ ਕਰਨ ਲੱਗ ਰਹੇ ਨੇ, ਆਉਣੇ ਸਮੇਂ ਦੇ ਵਿੱਚ ਤੁਹਾਨੂੰ ਵੱਡੇ ਪ੍ਰੋਜੈਕਟ ਦੇਖਣ ਨੂੰ ਮਿਲਣਗੇ। ਜੱਸਾ ਵੀ ਵੱਡਾ ਪ੍ਰੋਜੈਕਟ ਕਰੀ ਜਾਂਦਾ, ਧੂਤਾ ਵੀ ਵੱਡਾ ਕਰੀ ਜਾਂਦਾ, ਅਤੇ ਵੀਰਾ ਵੀ ਵੱਡਾ ਪ੍ਰੋਜੈਕਟ ਕਰੀ ਜਾਂਦਾ, ਠੀਕ ਹੈ। ਸੋ ਸਾਡੀ ਸਾਰੀ ਟੀਮ ਥੋੜ੍ਹੀ ਉੱਧਰ ਨੂੰ ਬਿਜ਼ੀ ਹੈ, ਸਮਝ ਗਏ ਮੇਰੇ ਦੋਸਤੋ? ਅਰਦਾਸ ਕਰੋ ਵਾਹਿਗੁਰੂ ਅੱਗੇ ਕਿ ਸਾਡੀ ਜਿਹੜੀ ਟੀਮ ਹੈ, ਸਾਡੀ ਟੀਮ ਦੇ ਮੈਂਬਰ ਨੇ, ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ, ਤੁਹਾਡੇ ਆਸ਼ੀਰਵਾਦ ਨਾਲ। ਤੁਹਾਡਾ ਸਹਿਯੋਗ ਸਾਨੂੰ ਸਾਰੀ ਉਮਰ ਚਾਹੀਦਾ, ਸਾਡੀ ਕੋਈ ਟੀਮ ਨਹੀਂ ਟੁੱਟੀ ਹੈਗੀ। ਐਵੇਂ ਕਮੈਂਟ ਕਰਕੇ ਨੈਗੇਟਿਵ ਨਾ ਕਰਿਆ ਕਰੋ ਕਿਸੇ ਬੰਦੇ ਨੂੰ, ਕਿਉਂਕਿ ਸਾਡੇ ਜਿਹੜੇ ਨਵੇਂ ਇੱਕ ਦੋ ਬੰਦੇ ਆਏ ਨੇ, ਉਹ ਵੀ ਕੋਈ ਆਸ ਉਮੀਦ ਲੈ ਕੇ ਆਏ ਨੇ, ਸੋ ਉਹਨਾਂ ਨੂੰ ਵੀ ਓਨਾ ਹੀ ਪਿਆਰ ਕਰੋ। ਮੈਂ ਆਹੀ ਕਹਿਣਾ, ਬਸ ਇੰਨੀ ਕੁ ਤੁਹਾਡੇ ਤੋਂ ਮੈਨੂੰ ਉਮੀਦ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ। ਜੁਲੀ ਜੀ। ਹਾਂਜੀ ਪੰਮਾ ਜੀ। ਮੇਰੇ ਖਿਆਲ 'ਚ ਜਿਹੜੇ ਮੇਰੇ ਮੁਤਾਬਕ ਹੈ ਨਾ ਲੋਕੇਸ਼ਨ, ਮੈਨੂੰ ਆਹ ਬਹੁਤ ਬੈਸਟ ਲੱਗਦੀ, ਜਿਹੜੇ ਸਾਹਮਣੇ ਹੀਰੋਇਨ ਉੱਧਰੋਂ ਆ ਰਹੀ ਆ, ਇੱਧਰੋਂ ਰੂੜੀ ਦੇ ਕੋਲ ਦੀ ਲੰਘਦੀ, ਉਹ ਛੱਟੀਆਂ ਸਾਹਮਣੇ ਹੈ ਨਾ, ਨਾਲ ਹੀ ਇੱਟਾਂ ਪਈਆਂ, ਅਤੇ ਨਾਲ ਵਾਲੀਆਂ ਕਿੱਕਰਾਂ, ਕਿੱਕਰਾਂ ਦੇ ਉੱਪਰ ਆਪਾਂ ਉਹ ਚਿੜੀਆਂ ਦਾ ਫੈਕਟ ਪਾਵਾਂਗੇ। ਇੱਥੋਂ ਹੀਰੋਇਨ ਆ ਰਹੀ ਆ, ਅਤੇ ਆਹ ਪਿੱਛੇ ਨਾਈ ਦੀ ਦੁਕਾਨ ਆ, ਇਹ ਨਾਈ ਦੀ ਦੁਕਾਨ ਤੋਂ ਵਾਲ ਕਟਾ ਕੇ ਹੀਰੋ ਯੰਕੀ ਸ਼ੱਕੀ ਬਣ ਕੇ ਆ ਰਿਹਾ, ਦੋਨਾਂ ਦਾ ਆਪਸ 'ਚ ਇੱਥੇ ਟਕਰਾਅ ਹੁੰਦਾ, ਮਿਲਾਪ ਹੁੰਦਾ। ਇੱਥੇ ਹਲਕਾ ਜਿਹਾ ਮਿਊਜ਼ਿਕ ਆ, ਅਤੇ ਪਹਿਲੀ ਐਂਟਰੀ ਇਹਨਾਂ ਦੀ, ਅਤੇ ਪਹਿਲੀ ਮੁਲਾਕਾਤ ਆ, ਇੱਥੇ ਅੱਖਾਂ ਨਾਲ ਅੱਖਾਂ ਮਿਲੀਆਂ, ਉੱਥੋਂ ਮਿਊਜ਼ਿਕ ਦਾ ਜਿਹੜਾ ਫੈਕਟ ਆ ਹੌਲੀ 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 ਉੱਭਰਦਾ ਉੱਭਰਦਾ, ਫਿਰ ਗਾਣਾ ਸ਼ੁਰੂ ਹੋ ਜਾਂਦਾ। ਹਾਂਜੀ ਸਰ। ਹਾਂਜੀ। ਸੋ ਬਿਊਟੀਫੁਲ ਲੋਕੇਸ਼ਨ। ਹਾਂਜੀ, ਸਾਰੀਆਂ ਲੈ ਲਓ ਫੋਟੋ ਇਹ ਤੁਸੀਂ, ਹੈ ਨਾ। ਹਾਂਜੀ। ਇੱਕ ਇੱਧਰੋਂ ਵੀ ਲਾਓ ਜੀ ਫੋਟੋ, ਆਹ ਵਾਲੀ। ਇਹ ਉਹ ਡੇਕ ਕਹਿ ਦਿੰਦੇ ਸੀ ਪੰਜਾਬੀ 'ਚ ਇਹਨੂੰ, ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋ। ਅੱਛਾ ਜੀ। ਹਾਂਜੀ ਹਾਂਜੀ, ਇੱਧਰੋਂ ਲਓ। ਸਰ ਆਪਾਂ ਨੂੰ ਨਾ ਵਧੀਆ ਜਿਹੀ ਲੋਕੇਸ਼ਨ ਦਿਖਾਓ ਕਿ ਜਿੱਥੇ ਵਧੀਆ ਘਰ ਹੋਵੇ, ਖੁੱਲ੍ਹਾ ਡੁੱਲਾ, ਚਾਰ ਪੰਜ ਕਮਰੇ ਹੋਣ, ਜਿਵੇਂ ਪੁਰਾਣੇ ਮਾਡਲ 'ਚ ਹੁੰਦਾ। ਪੰਜਾਬੀ ਕਲਚਰ ਦਿਖਾਉਣਾ ਆਪਾਂ, ਪੰਜਾਬੀ ਕਲਚਰ, ਜਿਸ ਤਰ੍ਹਾਂ ਚਰਖੇ, ਮਧਾਣੀਆਂ, ਤੇ ਕੀ ਉਹਨੂੰ ਕਹਿੰਦੇ ਆ, ਮਟਕੇ। ਹਾਂਜੀ ਹਾਂਜੀ, ਮਤਲਬ ਸਾਡੇ ਤੌੜੇ ਕਹਿ ਦਿੰਦੇ ਨੇ, ਹੈ ਨਾ। ਹਾਂਜੀ ਹਾਂਜੀ, ਇੱਕ ਉਹ ਕੁੱਪ ਕਹਿੰਦੇ ਆ, ਉਹ ਗੋਲ ਗੋਲ ਜਿਹੇ ਜਿਹੜੇ, ਉਹ ਜਿਹਦੇ 'ਚ ਅਸੀਂ ਤੂੜੀ ਪਾਉਣੇ ਉਹਦੇ 'ਚ ਅਸੀਂ। ਹਾਂਜੀ ਹਾਂਜੀ ਸਰ, ਉਹ ਕਹਿੰਦੇ ਨੇ ਉੱਚਾ ਹੁੰਦਾ, ਗੀਰਾ ਜਿਹਾ ਬਣਿਆ ਹੁੰਦਾ, ਗੀਰਾ ਟਾਈਪ ਹੀ ਹੁੰਦਾ। ਹਾਂਜੀ ਸਰ। ਤੇ ਬਾਕੀ ਇਧਰ ਗੀਰੇ ਵੀ ਬਹੁਤ ਹੈਗੇ ਨੇ, ਤੁਹਾਨੂੰ ਗੀਰੇ ਦਿਖਾ ਦੇਣਾ ਮੈਂ ਅੱਜ। ਹਾਂਜੀ ਸਰ, ਦਿਖਾਓ ਜੀ। ਆਜੋ ਆਜੋ। ਇਹ ਨਾਈ ਦੀ ਦੁਕਾਨ ਆਪਣਾ ਹੀ ਮੁੰਡਾ ਇਹ, ਆਪਣੇ ਘਰਾਂ 'ਚੋਂ ਹੀ ਆ। ਮੈਡਮ ਜੀ, ਇੱਧਰ ਪਿੰਡ ਦੀ ਸੱਥ ਆ, ਜਿੱਥੇ ਹੀਰੋ ਆ ਕੇ ਪੁੱਛਦਾ ਨਾ ਵੀ ਸਰਪੰਚ ਦਾ ਘਰ ਕਿਹੜਾ, ਐਂਟਰੀ ਕਰਦਾ ਇੱਥੇ, ਉਹ ਬੰਦੇ ਵੀ ਇਹ ਲੈ ਲਾਂਗੇ ਆਪਾਂ, ਪਿੰਡ ਦੇ ਬੰਦੇ ਲੈ ਲਾਂਗੇ ਸੱਥ। ਬਜ਼ੁਰਗ ਬੈਠੇ ਆ ਜੀ। ਬਜ਼ੁਰਗ ਬੈਠੇ, ਇਹਨਾਂ ਬਜ਼ੁਰਗਾਂ ਤੋਂ ਵੀ ਪੁੱਛਦਾ, ਇਹ ਆਪਾਂ ਅਸਲੀ ਦੇ ਅਸਲੀ ਐਂ ਰੱਖਣੇ ਨੇ ਫਿਲਮ ਦੇ ਵਿੱਚ। ਹਾਂਜੀ ਹਾਂਜੀ, ਆਜੋ ਜੀ। ਇਹ ਜੰਡ ਆ ਜੀ ਪਿੰਡ ਦਾ। ਅੱਛਾ ਜੀ। ਜਿੱਥੇ ਹੀਰੋ ਆ ਕੇ ਮੰਗਦਾ ਕਿ ਮੈਨੂੰ ਮੇਰਾ ਸੱਚਾ ਪਿਆਰ ਮਿਲ ਜੇ, ਇੱਥੇ ਇੱਥੋਂ ਆਪਾਂ ਕਰਾਵਾਂਗੇ ਐਂਟਰੀ। ਮੈਨੂੰ ਬਹੁਤ ਬੈਸਟ ਲੱਗੀ ਇਹ ਉਹਦੇ ਲਈ। ਅੱਛਾ ਜੀ। ਹਾਂਜੀ ਹਾਂਜੀ, ਜੰਡ ਬਹੁਤ ਵਧੀਆ ਹੈ, ਪੂਰਾ ਵੱਡਾ ਤਾਂ ਤੱਕ ਬਣਿਆ ਹੋਇਆ। ਇਹ ਘਰ? ਹਾਂਜੀ, ਇਹੀ ਘਰ ਆ ਜਿਹੜੇ ਮੈਂ ਦੇਖੇ ਸੀ ਲੋਕੇਸ਼ਨ ਵਾਸਤੇ, ਮੈਨੂੰ ਬਹੁਤ ਸਹੀ ਲੱਗੀ ਜੀ। ਜਿਹੜੇ ਹਿਸਾਬ ਨਾਲ ਹੀਰੋ ਦਾ ਘਰ ਆਹ ਹੈ ਨਾ, ਅਤੇ ਆਹ ਗਵਾਂਢੀ ਦਾ, ਗਵਾਂਢੀ ਕਿਵੇਂ ਲੜਾ ਕੇ ਦੋਵਾਂ ਭਰਾਵਾਂ ਨੂੰ ਆਪਸ 'ਚ ਅੱਡ ਅੱਡ ਕਰ ਦਿੰਦਾ, ਅਤੇ ਉਹ ਦੂਜਾ ਕਿਵੇਂ ਬਾਹਰਲੇ ਘਰ ਚਲਾ ਜਾਂਦਾ, ਦੂਜਾ ਕਿਵੇਂ ਇੱਥੇ ਰਹਿੰਦਾ, ਉਹ ਆਪਾਂ ਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਜੀ, ਬਣਿਆ ਬਣਾਇਆ। ਹਾਂਜੀ ਸਰ। ਹਾਂਜੀ, ਇਹ ਆਪਾਂ ਨੂੰ ਘਰ ਮਿਲ ਸਕਦੇ ਆ ਨਾ? ਤੇ ਆਜੋ, ਤੁਹਾਨੂੰ ਦਿਖਾਉਣਾ ਹੈ ਜੱਸਾ ਮੁੰਡਾ ਮਿੱਤਰੀ ਆਪਣਾ, ਉਹਦਾ ਘਰ ਹੈ ਜੀ। ਹਾਂਜੀ ਹਾਂਜੀ, ਦੇਖੋ। ਉਹਦੇ ਭਰਾ ਨਾਲ ਵੀ ਲਿਆ ਜਾ ਆਪਣੀ। ਮੈਨੂੰ ਵੀ ਬਹੁਤ ਵਧੀਆ ਲੱਗੀ ਸੀ। ਆਪਾਂ ਨੂੰ ਜਵਾਬ ਨਹੀਂ ਦਿੰਦੇ ਇਹ।
ਤੇ ਭਾਈ ਹਾਏ ਤਾਂ ਨਿੱਕਾ ਨਿਆਣਾ ਹੋਇਆ ਨੀ, ਬੂੰਦਾ ਵਾਲਾ ਦੱਸੀ ਮਹੀਨਾ ਨੂੰ ਆਊਗਾ। ਹਰੇ ਹਾਏ ਨੀ ਸਾਡੇ ਜਵਾਕ ਕੋਈ, ਮੂੰਹ ਚੱਕ ਕੇ ਅੰਦਰ ਵੜ ਜਾ, ਕੁੰਡਾ ਲਾ ਦੇ ਭਾਈ, ਬਾਹਰ ਭੇੜ ਦੇ ਸਾਡਾ ਨਾ, ਲੋਕਾਂ ਦਾ ਵੀ ਪਤਾ ਨੀ, ਮੂੰਹ ਚੱਕ ਕੇ ਅੰਦਰ ਵੜ ਜਾਂਦੇ ਵੀ ਸਾਨੂੰ ਤਾਂ ਪੁੱਛ ਲੋ ਸਤਾ ਬੈਠੀਆਂ ਕੰਮ ਧੰਦੇ ਕਰੀ। ਕੌਣ ਆ ਭਾਈ ਤੂੰ? ਮੈਂ ਪੰਮਾ ਬੰਬੇ ਵਾਲਾ। ਕੌਣ? ਮਾਸੀ ਇਹ ਤਾਂ ਖੇਤਾਂ ਵਾਲਿਆਂ ਦਾ ਬੰਦਾ ਇਹ। ਅੱਛਾ ਪੰਮਾ ਇਹ ਫਿਲਮਾਂ ਫਿਲਮਾਂ 'ਚ ਕੰਮ ਕਰਦਾ, ਬੰਬੇ ਗਿਆ ਹੋਇਆ ਉਹਨਾਂ ਦਾ ਇੱਕ ਬੰਦਾ, ਮੈਨੂੰ ਜੱਸੇ ਨੇ ਦੱਸਿਆ ਸੀ। ਅੱਛਾ ਤਾਂ ਵੀ ਆ, ਤਾਂ ਹੀ ਆ ਤੀਵੀਂ ਜੀ ਹੋਰ ਲਈ ਫਿਰਦਾ ਇਹ ਓਪਰੀ ਜੀ। ਮੈਨੂੰ ਉਹੀ ਲੱਗਦਾ ਇਹ, ਉਹੀ ਆ। ਪੰਮਾ ਐਵੇਂ ਬੰਬੇ ਵਾਲਾ। ਅੱਛਾ ਭਾਈ ਆ ਦੱਸਿਆ ਹੁਣ ਮੈਨੂੰ ਕੁੜੀ ਨੇ, ਹਾਂ ਵੀ ਤੇਰਾ ਕੰਮ ਦੂਏ ਲੋਟਾ ਫਿਲਮਾਂ ਫਿਲਮਾਂ ਵਾਲਾ। ਭਾਈ ਹੁਣ ਫਿਲਮ ਬਣੂਗੀ ਤੁਹਾਡੇ ਪਿੰਡ? ਅੱਛਾ ਸ਼ੂਟਿੰਗ ਕਰਨੀ ਹੈ ਇੱਥੇ? ਲੈ ਆ ਤਾਂ ਕੁੜ ਕੇ ਵਧਾਈਆਂ, ਤੁਹਾਡਾ ਪਿੰਡ ਵਧ ਗਿਆ ਫਿਲਮਾਂ 'ਚ ਆ ਗਿਆ ਹੈ। ਅਸੀਂ ਲੋਕੇਸ਼ਨ ਵੇਖਦੇ ਫਿਰਦੇ ਆ। ਅੱਛਾ ਤੇ ਮੈਨੂੰ ਲੱਗਦਾ ਵੀ ਤੁਹਾਡੇ ਘਰ ਦੀ ਲੋਕੇਸ਼ਨ ਸਾਨੂੰ ਬਹੁਤ ਸਹੀ ਲੱਗੀ, ਮੈਡਮ ਨੂੰ ਵੀ ਪਸੰਦ ਆਈ ਹੈ। ਅੱਛਾ ਬਾਕੀ ਅਸੀਂ ਬੰਬੇ ਗੱਲ ਕਰ ਲੈਣੀ ਡਾਇਰੈਕਟਰ ਸਾਹਿਬ ਨਾਲ। ਅੱਛਾ ਤਾਂ ਵਧ ਗਿਆ ਹੋ ਗਿਆ ਫਿਰ। ਹਾਂਜੀ ਲੈ ਫਿਰ ਇੱਧਰ ਨੂੰ ਆ ਕੇ ਗੱਲ ਕਰ, ਮੇਰੇ ਨਾਲ ਆਪਾਂ ਸਾਰੀ ਗੱਲਬਾਤ ਖੁੱਲ ਕੇ ਕਰਦੇ ਆ, ਇੱਧਰ ਨੂੰ ਆ ਜਾ ਮੂਹਰ ਨੂੰ। ਤੇ ਤੂੰ ਉੱਥੇ ਆਇਆ ਬੰਬੇ ਤੋਂ ਹੈ? ਬੰਬੇ ਤੋਂ ਆਇਆ ਭਾਈ, ਤੁਹਾਡਾ ਘਰ ਸਾਨੂੰ ਲੱਗਾ ਵਧੀਆ। ਅੱਛਾ ਅੱਛਾ ਇੱਥੇ ਅਸੀਂ ਬਣਾਵਾਂਗੇ ਫਿਲਮ। ਹਾਂ ਇੱਥੇ ਵੱਡੇ ਵੱਡੇ ਡਾਇਰੈਕਟਰਾਂ ਨੇ ਆਉਣਾ। ਅੱਛਾ ਬੰਬੇ ਤੋਂ ਤੇ ਇਸ ਘਰ ਦਾ ਤੁਹਾਨੂੰ 2-4 ਲੱਖ ਰੁਪਇਆ ਦਵਾ ਵੀ ਦੇਵਾਂਗੇ। ਕੀ ਕੀ ਕਿੰਨੇ ਪੈਸੇ? ਪੈਸਿਆਂ ਦੀ ਗੱਲ ਕਰ ਦੋ ਰਿਹਾ ਭੱਜ, ਕੀ ਕੀ ਦੁਬਾਰੇ ਦੱਸੀ ਭਾਈ, ਦੁਬਾਰੇ ਦੱਸ। ਟਬੂਸੀਆਂ ਮਾਰਦੀ ਪਈ। ਨਹੀਂ ਭਾਈ ਪੈਸਿਆਂ ਦੀ ਕੀ ਗੱਲ ਕਰਦਾ ਸੀ, ਮੈਂ ਕਹਿ ਰਿਹਾ ਵੀ ਇੱਥੇ ਫਿਲਮ ਬਣਾਵਾਂਗੇ, ਕਿਰਾਏ ਤੇ ਚਾਹੀਦਾ ਘਰ ਤੁਹਾਡਾ। ਸਾਡਾ ਘਰ ਖਾਲੀ ਆ, ਲੈ ਲਓ ਸਾਰਾ ਲੈ ਲਓ। 15-20 ਦਿਨਾਂ ਵਾਸਤੇ ਚਾਹੀਦਾ। ਅਸ ਤਸਕੀਰੀ ਚ ਜਾ ਵੜਾਂਗੇ ਭਾਈ। 15-20 ਦਿਨਾਂ ਵਾਸਤੇ ਚਾਹੀਦਾ, ਇੱਥੇ ਹੋਊਗੀ ਫਿਲਮ ਦੀ ਸ਼ੂਟਿੰਗ। ਠੀਕ ਆ ਤੇ 2-4 ਲੱਖ ਰੁਪਇਆ ਤੁਹਾਨੂੰ ਅਸੀਂ ਦੇ ਦੇਵਾਂਗੇ। ਠੀਕ ਆ। ਅੱਛਾ ਤੇ ਹਾਂ ਕਰੋ ਤੁਸੀਂ ਬਸ। ਲੈ ਸਰ ਤਾਂ ਹਾਂ, ਹੋਰ ਵੀ ਦੱਸ ਦੇ ਜੇ ਕਿ ਹੋਰ ਕੋਈ ਪ੍ਰਬੰਧ ਕਰਨਾਗਾ, ਮੈਂ ਤਾਂ ਸਾਰਾ ਕਰ ਦੂੰਗੀ। ਅੰਦਰ ਫਿਰ ਫੋਟੋ ਫੋਟੋ ਖਿੱਚ ਕੇ ਭੇਜ ਦਈਏ ਡਾਇਰੈਕਟਰ ਸਾਹਿਬ ਨੂੰ। ਜੱਸੇ ਨੂੰ ਪੁੱਛੇ ਬਿਨਾਂ ਕਿਵੇਂ ਹਾਂ ਕਰਦਾ? ਜੱਸੇ ਨੂੰ ਕੀ ਪੁੱਛਣਾ, ਜੱਸੇ ਨੂੰ ਕੀ ਪਤਾ, ਟੀਮਾਂ ਨੂੰ 100 ਕਰਦੇ ਪਤਾ ਹੁੰਦਾ, ਬੰਦਿਆਂ ਨੂੰ ਕੀ ਪਤਾ ਹੁੰਦਾ, ਬੰਦਾ ਤਾਂ ਬਾਹਰ, ਉਹਨੇ ਤਾਂ ਮੈਂ ਬਣਾ ਲੂ ਇੱਥੇ ਬੈਠੀ, ਜਿੰਨਾ ਜੱਸਾ ਖੱਪ ਖਪਾ ਕੇ ਬਣਾਊਗਾ। ਮਾਸੀ ਜੱਸੇ ਨੇ ਗਾਲਾਂ ਕੱਢੀ, ਕੋਈ ਨਾ ਮੈਂ ਆਪੇ ਜੱਸੇ ਠੰਡਾ ਕਰੂੰ। ਕੀ ਭਾਈ? ਤੁਹਾਨੂੰ ਕੱਲੇ ਲੋਕੇਸ਼ਨ ਦੇ ਪੈਸੇ ਨਹੀਂ ਮਿਲਨੇ, ਇੱਕ ਤੁਹਾਨੂੰ ਹੋਰ ਗੱਲ ਦੱਸਦਾ। ਹਾਂ ਆਪਾਂ ਨੂੰ ਕਰਾਊਡ ਵਾਸਤੇ ਜਨਾਨੀਆਂ ਵੀ ਚਾਹੀਦੀਆਂ। ਕਾਹਦੇ ਵਾਸਤੇ ਭਾਈ? ਕਰਾਊਡ ਗਾਣੇ ਦੇ ਵਿੱਚ ਉਹ ਨਹੀਂ ਕਰਦੀਆਂ ਹੁੰਦੀਆਂ, ਪੱਟ ਹੋਣਿਆ ਪੱਟ ਹੋਣਿਆ ਪੱਟ ਹੋਣਿਆ, ਹਾਂ ਉਹਨੂੰ ਅਸੀਂ ਕਰਾਊਡ ਕਹਿੰਦੇ ਹਾਂ। ਤੇ ਤਾਂ ਮੈਂ ਬਥੇਰਾ ਕਰ ਲੈਣੀ ਆ ਇਹ ਜਿਹਾ ਕੁਛ, ਤਾਂ ਮੈਂ ਬਥੇਰਾ ਨੱਚਦੀ ਰਹੀ ਹੈਗੀ। ਤੂੰ ਜ਼ਰੂਰੀ ਤਾਂ ਸਾਡੇ ਇਹਨਾਂ ਦੇ ਇਹਦੇ ਜਦੋਂ ਤਾਏ ਦੇ ਮੁੰਡੇ ਦਾ ਵਿਆਹ ਸੀਗਾ, ਮੈਂ ਤਾਂ ਨੱਚ ਨੱਚ ਦੂਰੀ ਹੋ ਗਈ ਸੀਗੀ, ਮੇਰੇ ਤਾਂ 2 ਦਿਨ ਲੱਕ ਦੁਖਦਾ ਰਿਹਾ, ਮੇਰੇ ਤਾਂ ਬੋਤਲਾਂ ਲਵਾ ਕੇ ਖੜੀ ਕੀਤਾ ਮੈਨੂੰ। 150 ਕੁੜੀ ਚਾਹੀਦੀ ਹੈ ਤੇ 1000 ਰੁਪਇਆ ਇੱਕ ਕੁੜੀ ਨੂੰ ਦੇਣਾ, ਤੁਸੀਂ ਅੱਗੇ ਜੋ ਮਰਜ਼ੀ ਦੇ ਚਲੋ, 500 ਦੇ ਚਲੋ। 1000 ਰੁਪਇਆ ਕਹਿੰਦਾ ਕੁੜੀ ਨੂੰ ਦੇਣਾ? ਅਸੀਂ ਉਹ ਤਾਂ ਠੀਕ ਹੈ, ਜੱਸੇ ਨੂੰ ਪੁੱਛ ਲੈ, ਜੱਸੇ ਨਾਲ ਮੈਂ ਆਪੇ ਕਰ ਲੂੰ ਗੱਲ। ਤੂੰ ਹਾਂ ਸਾਡੀ ਹਾਂ ਭਾਈ, 10 ਬੰਦੇ ਕਿੰਨੇ ਚਾਹੀਦੇ? 1000 ਬੰਦਾ, 2000 ਬੰਦਾ, ਜਿਹੜਾ ਕੁਛ ਮਰਜ਼ੀ ਚਾਹੀਦਾ ਤੈਨੂੰ ਮੈਂ ਇੱਥੇ ਤਲੀ ਤੇ ਹਾਜ਼ਰ ਕਰ ਦੂੰ ਸਾਰਾ ਕੁਛ। ਰੋਟੀ ਵਾਲੀਆਂ ਬੁੜੀਆਂ ਵੀ ਚਾਹੀਦੀਆਂ ਆਪਾਂ ਨੂੰ? ਸਾਰਾ ਕੁਛ ਹੀ ਮਿਲ ਜੂ, ਮੈਂ ਕਿਹਾ ਤੈਨੂੰ ਮੈਂ ਰੋਟੀ ਵਾਲੀਆਂ ਬੁੜੀਆਂ ਦਾ ਦੇਵਾਂਗੇ ਤੁਹਾਨੂੰ 700 ਰੁਪਇਆ। ਅੱਛਾ ਤੇ ਤੁਸੀਂ ਜੋ ਮਰਜ਼ੀ ਦੇਈ ਚੱਲੋ। ਠੀਕ ਆ ਵੀ ਮੈਂ ਮੂਹਰੇ ਜਿੰਨੇ ਮਰਜ਼ੀ ਦਵਾਂ, ਵੀ ਮੈਂ ਚੁੱਕ ਕਮਿਸ਼ਨ ਖਾ ਸਕਦੀ ਹਾਂ। 20-25 ਚਲਾ ਜਾ ਫਿਰ, ਘਰ ਦਿਖਾਉਣੀ ਤੈਨੂੰ, ਭੱਜ ਕੇ ਆ ਜਾ, ਆ ਜਾ ਕੁੜੀ, ਚਾਹ ਚ ਪੀਏਂਗੇ? ਚਾਹ ਪੀਣੀ ਨਹੀਂ ਹੈਗੀ, ਚਾਹ ਪੀਵਾਂਗੇ। ਕੁੜੀ ਨੂੰ ਕੁਛ ਨਹੀਂ, ਜੱਸੇ ਨਾਲ ਮੈਂ ਆਪੇ ਕਰੂੰ ਗੱਲ। ਤੂੰ ਜੱਸੇ ਦੇ ਟੂਏ ਚੋਂ ਨਿਕਲਿਆ ਕਰ, ਜੱਸਾ ਕੀ ਕਹਿ ਦੂਗਾ, ਮੈਂ ਆਪੇ ਕਰ ਲੂੰ ਗੱਲ। ਮੈਂ ਕਿਉਂ ਵੀ ਐਡਾ ਹੋਣ ਲੱਗਿਆ ਉਹ ਕੰਮ, ਆ ਜਾ ਅੰਦਰ ਆ ਜਾ ਵੀਰੇ। ਹਾਂਜੀ ਹਾਂਜੀ ਆ ਗਿਆ, ਆ ਜਾ ਆ ਜਾ, ਭੱਜ ਕੇ ਆ ਜਾ। ਅਸਾਂ ਫੋਟੋ ਲੈ, ਫੋਟੋ ਕਰਦੇ ਆ, ਫੋਟੋ ਲੈ। ਖੇਡ ਕੇ ਬਹੁਤ ਮਜ਼ੇਦਾਰ ਗੇਮਾਂ ਨੇ ਇਹਦੇ ਚ। ਅੱਛਾ ਕਿਹੜੀ ਕਿਹੜੀ ਗੇਮਾਂ ਨੇ ਚ?
ਆ ਦੇਖ ਤੈਨੂੰ ਮੈਂ ਦੱਸ ਹੁਣ 1x ਬੈਟ ਦੇ ਵਿੱਚ ਤੂੰ ਫੁੱਟਬਾਲ ਦੇ ਕ੍ਰਿਕਟ ਦੇ ਮੈਚਾਂ ਨੂੰ ਪ੍ਰੈਡਿਕਸ਼ਨ ਕਰ ਕਰਕੇ ਪੈਸੇ ਕਮਾ ਸਕਦਾ ਹੈ। ਇਹਦੇ 'ਚ ਲਾਈਵ ਕਸੀਨੋ ਵੀ ਹੈ, 1x ਗੇਮਾਂ ਖੇਡ ਖੇਡ ਕੇ ਪੈਸੇ ਕਮਾ ਸਕਦਾ ਹੈ। ਅਤੇ ਮੇਰੀ ਇਹ 'ਚ ਸਭ ਤੋਂ ਫੇਵਰੇਟ ਹੈ 1x ਗੇਮ। 1x ਗੇਮ ਦੇ ਵਿੱਚ ਤੂੰ ਢੇਰ ਸਾਰਾ ਪੈਸਾ ਕਮਾ ਸਕਦਾ, ਜਿਵੇਂ ਕਿ ਇਹਦੇ ਵਿੱਚ ਗੇਮਾਂ ਆ ਜਾਂਦੀਆਂ ਨੇ ਕ੍ਰੈਸ਼, ਡਾਈਸ, ਹੋਰ ਵੀ ਬਹੁਤ ਸਾਰੀਆਂ, ਪਰ ਮੇਰੀ ਇਹ 'ਚ ਸਾਰਿਆਂ ਨੂੰ ਫੇਵਰੇਟ ਆ ਹੈਗੀ ਅੰਡਰ ਐਂਡ ਓਵਰ 7। ਅੱਛਾ, ਕਿਵੇਂ ਖੇਡਦੇ ਨੇ ਗੇਮਾਂ ਇਹ? ਚੱਲ ਤੈਨੂੰ ਮੈਂ ਸਿਖਾਉਣਾ। ਇਹਦੇ ਵਿੱਚ 2 ਡਾਈਸ ਰੋਲ ਹੁੰਦੇ ਨੇ, ਇਹਦੇ 'ਚ ਆਪਾਂ ਨੇ ਗੈਸ ਕਰਨਾ ਹੁੰਦਾ ਵੀ ਅੰਡਰ 7 ਜਾਊਗਾ, ਓਵਰ 7 ਜਾਊਗਾ ਜਾਂ ਇਕੁਅਲ 7 ਜਾਊਗਾ। ਜੇ ਆਪਣਾ ਗੈਸ ਮੈਚ ਸਹੀ ਹੋਇਆ ਤਾਂ ਆਪਾਂ ਜਿੱਤ ਜਾਓ। ਜੇ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਰੈਫਰਲ ਕਰੋ ਮੇਰੇ ਦਿੱਤੇ ਗਏ ਲਿੰਕ ਤੋਂ। ਲਿੰਕ ਨੀਚੇ ਕਮੈਂਟ ਪਿੰਨ ਦੇ ਵਿੱਚ ਹੈ, ਜਾਂ ਫਿਰ ਤੁਸੀਂ ਕਿਊ ਆਰ ਕੋਡ ਸਕੈਨ ਕਰ ਸਕਦੇ ਹੋ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਹੈ, ਤਾਂ ਯੂਜ਼ ਕਰੋ ਮੇਰਾ ਪ੍ਰੋਮੋ ਕੋਡ 16,900 ਦਾ ਬੋਨਸ ਲੈਣ ਲਈ। ਸੋ ਲੈਟਸ 1x ਬੈਟ, ਛੇਤੀ ਕਰੋ ਤੇ ਹੁਣ ਲਓ ਫਿਲਮ ਦਾ ਨਜ਼ਾਰਾ। ਹਰੇਕ ਸਾਲ ਸਾਡਾ ਪ੍ਰਾਹੁਣਾ ਇਹਨੂੰ ਰੰਗ ਰੁੰਗ ਕਰਾ ਦਿੰਦਾ, ਵਧਗਾ ਬਣਾ ਦਿੰਦਾ। ਆ ਜਾ ਭੱਜ ਕੇ ਆ ਜਾ ਕੁੜੀ, ਲੈ ਦੇਖੀ ਜਿਵੇਂ ਪ੍ਰੀਤੀ ਸਫਰ ਵਰਗੀ ਹੈ ਕੁੜੀ। ਹਨਾ ਪੰਮਾ ਜੀ, ਮਸੀ ਤੂੰ ਕਹੀਂ ਤਾਂ ਜਾਂਦੀ ਆ, ਜਸੇ ਨੇ ਮੈਨੂੰ ਘਰੋਂ ਹੀ ਕੱਢ ਦੇ। ਆਓ ਚਲੋ ਕਹਿ ਦੇਣਾ, ਕੋਈ ਨਹੀਂ, ਆਜੋ 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 ਆਜੋ। ਤੇ ਮੇਰੇ ਮੁੰਡੇ ਤੂੰ ਉੱਤਰ ਜਾਣ ਦਾ ਬਾਈ ਤੂੰ? ਹਾਂ ਚੰਗੀ ਤਰ੍ਹਾਂ ਜਾਣਾ। ਹਾਂ ਗਾਉਂਦਾ ਬਾਹੋ ਸੋਹਣਾ, ਹੁਣ ਤਾਂ ਫਿਲਮਾਂ ਵਾਲੇ ਨੂੰ ਹੀ ਚੱਕਣ ਲੱਗ ਗਏ। ਹਾਂ ਉਹ ਤਾਂ ਪੂਰੀ ਚੜਾਈ ਹੋਈ ਪਈ ਹੈਗੀ, ਉਹ ਤਾਂ ਮੈਨੂੰ ਵਿਚਾਰਾ ਮਿਲਣ ਵੀ ਨਹੀਂ ਆਉਂਦਾ, ਤੇ ਕੋਲ ਟਾਈਮ ਹੀ ਹੈ ਨਹੀਂਗਾ ਮੈਨੂੰ। ਚਲੋ ਲੈ ਲਾਂਗੇ ਉਹਨੂੰ। ਹਾਂ ਉਹਨੂੰ ਤੁਸੀਂ ਮੇਨ ਐਡ ਕਰ ਲਿਓ। ਹਾਂ ਉਹਨੂੰ ਤਾਂ ਪੂਰੀ ਰੌਣਕ ਲਾ ਦੇਣੀ ਹੈਗੀ। ਤੇ ਆਹ ਆਪਣਾ ਘਰ ਆ ਦੇਖ ਲੈ, ਚਿੱਟੀ ਕਲੀ ਕੀਤੀ ਆ ਤੇ ਕਾਲਾ ਬਾਰਡਰ ਆ ਵਿੱਚ, ਤੇ ਲਾਲ ਬਾਰਡਰ ਵੀ ਪਾਇਆ ਵਾ ਆਪਾਂ ਹੈ। ਉਹ ਦੇਖ ਮੋਰੀਆਂ, ਚਾਹੇ ਮੋਰੀਆਂ ਵਿੱਚ ਦੀ ਸੀਨ ਲੈ ਲਿਓ ਤੁਸੀਂ। ਮੈਨੂੰ ਲੱਗਿਆ ਹਾਂ ਪਹਿਲੀ ਵਾਰੀ ਵਧਗਾ ਨਾ। ਤੇ ਉਹ ਪਿੱਛੇ ਨਿਗਾ ਮਾਰੋ, ਅਮਰੂਦ, ਅੰਬ, ਮੱਖੀਆਂ, ਸਾਰਾ ਕੁਛ ਆਪਣੇ ਘਰੇ ਹੈਗਾ। ਜਿਹੜੀ ਚੀਜ਼ ਕਹੋਗੇ ਉਹ ਹਾਜ਼ਰ ਕਰ ਦਾਂਗੇ, ਪਟੱਕ ਦੇਣੇ। ਤੇ ਅੰਦਰ ਵੀ ਆ ਜਾਓ, ਅੰਦਰ ਵੀ ਦਿਖਾਓ ਨੀ, ਆ ਜਾਓ। ਆਹ ਨਿੰਬੂ ਦਾ ਬੂਝਾ, ਨਿੰਬੂ ਇਹ ਤਾਂ 12 ਮਹੀਨੇ 30 ਦਿਨ ਲੱਗਦੇ ਨਿੰਬੂ ਇਹ ਤੇ। ਹਾਂ ਆ ਸਾਡੇ ਮੁੰਡਿਆਂ ਦੇ ਜੱਸੇ ਦੇ ਜਿਹੜੇ ਯਾਰ ਦੋਸਤ ਆ ਮੁੰਡੇ, ਉਹਨਾਂ ਦੇ ਮੋਟਰਸਾਈਕਲ ਖੜੇ ਆ। ਆ ਜਾ ਰਸੋਈ ਦਿਖਾਵਾਂ ਭੱਜ ਕੇ, ਆ ਜਾ ਕੁੜੀ ਰਸੋਈ ਦੇਖ ਲਾ, ਚਾਹ ਪੀਏ ਕੁੜੀ ਨੂੰ ਚਾਹ ਪੁੱਛ ਲਾ, ਰਸੋਈ ਦੇਖ ਲਓ, ਆਹ ਦੇਖ ਲਓ ਅੰਦਰ ਆ ਕੇ। ਜੇ ਹੱਥ ਦੇੜ ਨਹੀਂ ਹੋਈ ਭਾਈ ਦੇੜ ਸਕਦੇ ਆ, ਚਾਹੇ ਸਾਰਾ ਕੁਝ ਦੇੜ ਕੇ ਦੁਬਾਰੇ ਬਣਾ ਲਓ, ਸਾਨੂੰ ਤੁਸੀਂ ਪੈਸੇ ਦੇਣੇ ਆ ਹੈ, ਸਾਨੂੰ ਕੀ ਹੈਗਾ। ਹਾਂ ਇਹ ਫਿਲਮਾਂ ਵਾਲੇ ਬਹੁਤ ਪੈਸੇ ਦਿੰਦੇ ਆ ਕਹਿੰਦੇ ਫਿਲਮਾਂ ਵਾਲੇ, ਹੋਰ ਹੋਣਾ ਐਂ ਥੋੜ੍ਹੀ, ਮੈਂ ਕਮਲ ਥੋੜ੍ਹੀ ਮਾਰਦੀ ਫਿਰਦੀ ਆ। ਆਹ ਆਪਣਾ ਤੂੜੀ ਵਾਲਾ ਵੀ, ਜੇ ਤੁਸੀਂ ਕੋਈ ਲੰਗਰ ਵਸਤਾ ਦਿਖਾਉਣਾ, ਕੋਈ ਹੋਰ ਗੱਲਬਾਤ ਦਿਖਾਉਣੀ, ਆਹ ਤੂੜੀ ਆਪਣੇ ਪਈ ਹੈਗੀ। ਜੇ ਹੋਰ ਸਟਾਉਣੀ ਹੈ ਤੂੜੀ, ਆਪਾਂ ਉਹ ਵੀ ਸਟਾ ਦੇਗੇ, ਜੇ ਥੋੜ੍ਹੀ ਲੱਗਦੀ ਹੈ ਤਾਂ। ਹੈ ਤੂੜੀ ਤਾਂ ਚੱਕਣੀ ਪੈਣੀ ਹੈ ਜੇ ਤੂੰ ਸਾਰੀ ਚੱਕਣੀ। ਹਾਂ ਉਹ ਤੁਸੀਂ ਕਰ ਲਿਓ ਫਿਲਮ ਦੇ ਹਿਸਾਬ ਨਾਲ, ਵੀ ਤੈਨੂੰ ਮੈਂ ਚੀਜ਼ਾਂ ਦਿਖਾਉਣੀ ਆਪਦੇ ਘਰੇ, ਵੀ ਅਸੀਂ ਕੋਈ ਮਾੜੇ ਮਲਾਂਗੇ ਨਹੀਂ ਤੁਰੇ ਫਿਰਦੇ। ਹੈ ਹਾਂ ਆਏ ਆ ਗੱਲ, ਆਹ ਦੇਖ ਲਾ ਪਰਦੇ ਲੱਗੇ ਫੁੱਲਾਂ ਵਾਲੇ, ਹੈ ਆਹ ਦੇਖ ਫੁੱਲ, ਦੋ ਭਾਂਤੇ ਫੁੱਲ ਇਹ ਚ ਹੈ, ਤੇ ਸਾਰਾ ਕਲੀ ਕੀਤਾ ਬਾਲੇ ਵਾਲਾ, ਇਹ ਜਿਹੜੀ ਸਾਡੀ ਸੱਤ ਆ ਗਈ, ਆਹ ਫੁੱਲ ਪਿੱਛੇ ਰੱਖੇ ਹੋਏ ਆ ਭਾਈ। ਹਾਂ ਪਿੱਛੇ ਰੱਖੇ ਹੋਏ ਆ, ਤੇ ਇੱਕ ਗਾਂ ਕਮਰਾ ਜਾ ਦਿਖਾਵਾਂ, ਬੈੱਡ ਲੱਗਿਆ ਹੋਇਆ ਸਾਡੇ ਆਪਦਾ। ਹਾਂ ਆਹ ਦੇਖ ਕਮਰਾ, ਆਹ ਦੇਖ ਇੱਥੇ ਵੀ ਪੜਦੇ ਪੁੜਦੇ ਵਾਧੂ ਸਾਰਾ ਕੁਛ ਲੱਗਿਆ ਹੋਇਆ ਹੈਗਾ। ਠੀਕ ਹੈ ਠੀਕ। ਹਾਂ ਵੀ ਹੁਣ ਤੂੰ ਸਾਡੇ ਨਾਲ ਮੁੱਲ ਕਰ ਲਾ ਵੀ ਸਾਨੂੰ ਕੀ ਦੇਏਗਾ ਤੇ ਕੀ ਨਵੇੜੇਗਾ, ਹਨਾ। ਇਹ ਨਾ ਹੋਵੇ ਭਾਈ ਤੈਨੂੰ ਘਰ ਬਾਰ ਵੀ ਦੇ ਦੇਗੇ, ਤੈਨੂੰ ਕੁੱਲ ਚੀਜ਼ ਦੇ ਦੇਗੇ, ਤੂੰ ਸਾਡੇ ਨਾਲ ਠੱਗੀ ਮਾਰ ਜੇ। ਹੈ ਇੱਕ ਭਾਈ, ਹਾਂ ਇੱਕ ਗੱਲ ਮੇਰੀ ਹੋਰ ਆ, ਹਾਂਜੀ, ਵੀ ਇੱਥੇ ਸੀਨ ਸਾਰੇ ਵਾਇਸ ਨੂੰ ਹੋਣੇ ਚਾਹੀਦੇ ਆ, ਵੀ ਜੱਫੀ ਪੱਪੀ ਭਾਈ ਆਪਦੀ, ਤੂੰ ਵੀ ਕੁੜ ਕੇ ਦੇਖ ਲੈ, ਹਨਾ ਇੱਥੇ ਗਵਾਹ ਖੜੀ ਆ ਵੀ ਭਾਈ ਗੰਦ ਮੰਦ ਨਾ ਸਾਡੇ ਘਰੇ ਹੋਵੇ। ਜੱਫੀ ਜੁੱਫੀ ਤਾਂ ਹੁੰਦੀ ਹੈ ਜੀ ਫਿਲਮਾਂ। ਹਾਂ ਉਹ ਆਪਦਾ ਭਾਈ ਜਿੱਥੇ ਜਾ ਕੇ ਮਰਜ਼ੀ ਪਾਓ, ਵੀ ਤੁਹਾਨੂੰ ਘਰ ਬਾਰ ਦੇਤਾ, ਇੱਥੇ ਜਿਵੇਂ ਮਰਜ਼ੀ ਕਰੋ, ਅਸੀਂ ਚਾਹੇ ਖੇੜੀ ਜਾਈਏ, ਚਾਹੇ ਸੰਗਰੂਰ ਜਾਈਏ, ਸਾਡੀਆਂ ਸਕੀਰੀਆਂ ਥਾਂ ਥਾਂ। ਆਪਣੀ ਪੰਜਾਬੀ ਫਿਲਮ ਆ, ਫੈਮਿਲੀ ਸਟੋਰੀ ਆ, ਕੋਈ ਇਹੋ ਜਿਹੀ ਫਿਲਮ ਨਹੀਂ ਬਣਾ ਰਹੇ ਅਸੀਂ। ਹਾਂ ਤੇ ਪੈਸਿਆਂ ਦੀ ਗੱਲ ਕਰ ਲਾ ਮੇਰੇ ਨਾਲ, ਲਿਖਤ ਪੜ੍ਹਤ ਕਰਨੀ ਆ ਉਹ ਕਰ ਲਾ,
ਜੇ ਮੈਨੂੰ ਤੂੰ ਵੀ ਕਾਇਸ ਦਏਗਾ ਕਾਇਸ ਵਾਲੀ ਗੱਲ ਕਰ ਲਾ ਭੱਜੇ ਨਾ ਮੁੱਕਰੇ ਨਾ 60% ਜਿਹੜੀ ਪੇਮੈਂਟ ਹੈ ਨਾ ਕੈਸ਼ ਹੀ ਹੁੰਦੀ ਆ ਅੱਛਾ 40% ਦਾ ਤੁਹਾਨੂੰ ਅਸੀਂ ਚੈੱਕ ਦੇਵਾਂਗੇ ਅੱਛਾ ਹਾਂਜੀ ਚੱਕ ਚੁੱਕ ਨਹੀਂ ਮੈਨੂੰ ਤਾਂ ਊਂ ਸਾਰੇ ਆਮ ਪੈਸੇ ਚਾਹੀਦੇ ਆ ਮੈਨੂੰ ਜੇ ਤੂੰ ਵੀ ਆਏ ਕਹਿੰਦਾ ਵੀ ਕਾਗਜ਼ੀ ਪੱਤਰੀ ਪੈਸੇ ਦਏਗਾ ਫਿਰ ਜਾਂ ਤਾਂ ਕੁੜੀ ਦਾ ਬੰਦਾ ਗੱਲ ਕਰੂਗਾ ਜਾਂ ਮੇਰਾ ਬੰਦਾ ਇਹਦਾ ਚਾਚਾ ਗੱਲ ਕਰੂਗਾ ਠੀਕ ਆ ਹਾਂ ਫਿਰ ਭਾਈ ਬੰਦਿਆਂ ਦੇ ਮੂੰਹ ਤੇ ਗੱਲਾਂ ਹੋਣਗੀਆਂ ਇਹ ਨਾ ਵੀ ਤੂੰ ਪੈਸੇ ਲੈ ਕੇ ਕਿਤੇ ਸੱਚ ਐਂ ਕਰ ਕੁੜੀਏ ਤੇ ਉਹਨਾਂ ਨੂੰ ਮੰਜਾ ਡਾ ਦੇ ਤੇ ਮੈਂ ਵਾਹਵਾ ਸਾਰਾ ਦੁੱਧ ਪਾ ਕੇ ਕੁੜੀ ਵਾਸਤੇ ਚਾਹ ਬਣਾਉਣੀ ਆ ਲੈ ਸੂਗ ਬਣਦੀ ਹੋਊਗੀ ਨਾ ਚਾਹ ਬਣਾਉਣੀ ਆ ਆਜੋ ਮੈਡਮ ਸਰ ਆਪਾਂ ਚੱਲਦੇ ਹਾਂ ਆਪਾਂ ਨੂੰ ਇਹ ਲੋਕੇਸ਼ਨ ਫਾਈਨਲ ਆ ਹਾਂਜੀ ਹਾਂਜੀ ਤੁਸੀਂ ਮੈਡਮ ਇੱਥੇ ਨਾ ਹੁਣ ਐਂ ਨਾ ਮੂੰਹ ਬਣਾਓ ਤੁਸੀਂ ਜੀ ਲਾਓ ਇੱਕ ਮਹੀਨਾ ਰਹਿਣਾ ਆਪਾਂ ਇੱਥੇ ਨਾਲੇ ਨਾ ਜਿਹੜਾ ਸੱਚਾ ਪਿਆਰ ਆ ਉਹ ਤਾਂ ਐਂ ਪਿੰਡਾਂ 'ਚੋਂ ਹੀ ਮਿਲਦਾ ਇਹ ਪਿੰਡਾਂ ਵਾਲੇ ਬਹੁਤ ਮੁਹੱਬਤ ਕਰਦੇ ਨੇ ਮੇਰੇ ਤਾਂ ਆਪਣੇ ਨੇ ਇਹ ਆਜੋ ਕੋਈ ਨਹੀਂ ਆਜੋ ਬੈਠੋ ਉਹ ਤਾਂ ਠੀਕ ਆ ਪਰ ਦੇਖੋ ਹੁਣ ਉਹਨਾਂ ਨੇ ਹੈਂਡ ਵਾਸ਼ ਵੀ ਨਹੀਂ ਕੀਤੇ ਹੈਗੇ ਉਹ ਕੋਈ ਗੱਲ ਨਹੀਂ ਜੀ ਆਹ ਕੁੜੀ ਹੈਗੀ ਬੈਠੋ ਬੈਠੋ ਚਾਹ ਪਹੁੰਚ ਕਿਹੜਾ ਮਤਲਬ ਚਾਹ ਕਿਹੜਾ ਵਿੱਚ ਉਹਨਾਂ ਨੇ ਹੱਥ ਪਾਉਣੇ ਆ ਬੈਠੋ ਕੋਈ ਨਹੀਂ ਨਹੀਂ ਸਰ ਮੈਂ ਕੁਝ ਨਹੀਂ ਪੀਣਾ ਹੈਗਾ ਤੁਸੀਂ ਚਲੋ ਲੈ ਲੈ ਕੁੜੀ ਕਾਹਲੀ ਕਰੀ ਜਾਂਦੀ ਲਾਇਆ ਦੱਸ ਕਾਮਲੀ ਨਾ ਆਵੇ ਤਾਂ ਮੈਂ ਤਾਂ ਇੰਨੇ ਚਾਵਾਂ ਨਾਲ ਚਾਹ ਤਰੀ ਮੈਂ ਤਾਂ ਕਿਲੋ ਦੁੱਧ ਦਾ ਜਿਹੜਾ 80 ਬਰਤਨ ਸਾਰਾ ਪਾਤਾ ਹੈ ਦੇਖ ਬਹਿ ਜਾ ਕੁੜੀ ਕੋਈ ਨਹੀਂ ਚਾਹ ਪੀ ਕੇ ਜਾਈ ਜੁੱਲੀ ਜੁੱਲੀ ਚੱਲ ਬਹਿ ਜਾ ਭਾਈ ਜੁੱਲੀ ਜੁੱਲੀ ਨਹੀਂ ਜੁੱਲੀ ਮੇਰੇ ਨਾਲ ਪੈਸੇ ਦੀ ਗੱਲ ਜਮਾ ਠਕੋਰ ਲਈ ਚੰਗਾ ਇਹ ਨਾ ਹੋਵੇ ਤੂੰ ਮੇਰੇ ਨਾਲ ਕੋਈ ਧੋਖਾ ਧੜੀ ਕਰ ਜਵੇਂ ਨਾ ਹਾਂ ਮੈਂ ਉਹਦੇ ਜੇਠ ਦੀਆਂ ਨਾਸਾਂ ਭੰਨ ਕੇ ਦਿਖਾਉਣੀਆਂ ਤੈਨੂੰ ਮੈਂ ਦੱਸਾਂ ਹਾਂ ਵੀ ਮੈਂ ਉਹੀ ਨਹੀਂ ਕੋਈ ਤੁਰੀ ਫਿਰਦੀ ਅਮੀ ਤੂੰ ਵੀ ਨਹੀਂ ਤੁਰੀ ਤੁਰੀ ਫਿਰਦੀ ਮੈਂ ਬਹਿ ਜਾ ਪਤਾ ਚਾਹ ਬਣੀਆਂ ਦੀਵਾਲਾਂ ਵਾਲਾ ਚਾਹ ਲੈ ਚੀਆਂ ਪਾਈਆਂ ਕੱਟ ਕੇ ਨਹੀਂ ਨਹੀਂ ਚੱਲ ਹਾਂ ਬਹਿ ਜਾ ਚਾਹ ਪੀ ਜਾਂਦਾ ਠੀਕ ਹੈ ਭਾਈ ਫਿਰ ਉਹ ਕਾਲੀ ਕਰੀ ਜਾਂਦੀ ਹੈ ਫਿਰ ਕੁੜੀ ਜਾਂਦੀ ਚੱਲ ਠੀਕ ਆ ਹੁਣ ਗੇੜਾ ਰੱਖਿਓ ਮੇਰਾ ਨੰਬਰ ਲੈ ਜੀ ਕੁੜੀ ਤੋਂ ਹੈ ਨੰਬਰ ਲੈ ਜਾਂਦੀ ਹਾਂ ਇਹਨਾਂ ਨੂੰ ਦੱਸ ਦੋ ਕਿ ਉਹਨਾਂ ਟਾਈਮ ਇਹ ਇੱਥੇ ਨਾ ਰਹਿਣ ਜਿੰਨਾ ਟਾਈਮ ਆਪਣੀ ਫਿਲਮ ਤੁਹਾਨੂੰ ਭਾਈ ਬਾਹਰ ਰਹਿਣਾ ਪੈਣਾ ਜਦੋਂ ਸ਼ੂਟਿੰਗ ਚੱਲਦੀ ਹੈ ਨਾ ਹਾਂ ਤੁਸੀਂ ਇੱਥੇ ਹੋਣੇ ਨਹੀਂ ਚਾਹੀਦੇ ਘਰ ਦੇ ਜੀ ਕੋਈ ਨਹੀਂ ਅਸੀਂ ਜਾਵੜਾਂਗੇ ਸਕੀਰੀ ਜਾਵੜਾਂਗੇ ਚਲੋ ਠੀਕ ਹੈ ਹਾਂ ਚਲ ਠੀਕ ਆ ਭਾਈ ਬਾਕੀ ਇੱਕ ਵਾਰੀ ਡਾਇਰੈਕਟਰ ਸਾਹਿਬ ਨਾਲ ਗੱਲ ਕਰਕੇ ਸਾਈਨ ਸੂਨ ਕਰਵਾ ਕੇ ਸਾਰਾ ਕੁਝ ਆਪਾਂ ਕਰਾਂਗੇ ਐਗਰੀਮੈਂਟ ਤੁਹਾਡੇ ਨਾਲ ਗੇੜਾ ਮਾਰਦਾ ਨਹੀਂ ਨੰਬਰ ਦੇ ਕੇ ਜਾਈ ਠੀਕ ਆ ਨਾ ਮਹੀਨਾ ਸ਼ੂਟਿੰਗ ਆ 3 ਮਹੀਨੇ ਦਾ ਐਗਰੀਮੈਂਟ ਕਰਾਂਗੇ ਚਲ ਠੀਕ ਆ ਚਲੋ ਠੀਕ ਚਲ ਵਧਗਾ ਨਾ ਬਾ ਤੁਹਾਨੂੰ ਰੰਗ ਪਾਗ ਲਾਵੇ ਸਮਝਣਾ ਹੋਵੇ ਤੁਹਾਡਾ ਕੰਮ ਹੈ ਹਾਂ ਦੇਖ ਲਾ ਕਿੰਨਾ ਖਰਚ ਪੈਸਿਆਂ ਦੀ ਗੱਲ ਯਾਦ ਰੱਖੀ ਭਾਈ ਕਿਵੇਂ ਜੋਗੇ ਪਿੰਡ ਚ ਸੁਣ ਨਸਰਾਂ ਜੀ ਆ ਓਏ ਉਹ ਧਰਨੇ ਤੇ ਗਏ ਹੁਣੇ ਉਧਰ ਖਿੱਚਿਆ ਪਿਆ ਪੂਰਾ ਕੰਮ ਤੜਕੇ ਬੋਲੀ ਜਾਂਦੇ ਤੇ ਹਨਾ ਹਾਂ ਤੂੰ ਤਾਂ ਆਇਆ ਕਿਵੇਂ ਪਿਆ ਸੁਣਨ ਜਾ ਹੋਇਆ ਸਮਾਨ ਸਮੂਨ ਮੁੱਕ ਰਿਹਾ ਤਾਂ ਆਇਆ ਕਿੱਥੇ ਸੁਣਨਾ ਸਮਾਨ ਕਿੱਥੇ ਮੁੱਕਦਾ ਉਹੀ ਸਾਲੀ ਕੰਜਰ ਦੀ ਢੂਹੀ ਆਕੜੀ ਪਈ ਆ ਤੜਕੇ ਬੈਠਾ ਬੈਠ ਫਿਰ ਗੱਲਾਂ ਬਾਤਾਂ ਨਾ ਕੋਈ ਢੂਹੀ ਦੀ ਆਕੜ ਜਾਂਦੀ ਹੈ ਸੁਣ ਲਓ ਆ ਕੇ ਪੰਡਤ ਜੀ ਆ ਗਏ ਮਹਾਰਾਜ ਪੰਡਤ ਜੀ ਪੰਡਤ ਜੀ ਖੁਸ਼ ਰਹੋ ਕੀ ਕਹਿੰਦੇ ਆ ਜੰਤਰੀ ਫਿਰ ਹਟੂ ਮੋਦੀ ਪਿੱਛੇ ਕਹਿਣਾ ਜੰਤਰੀ ਨੇ ਕੀ ਕਹਿਣਾ ਭਾਈ ਇਹਦਾ ਤੁਸੀਂ ਮੈਥੋਂ ਹੀ ਪੁੱਛ ਲਓ ਇੱਕ ਹੀ ਨਹੀਂ ਹੈਗਾ ਭਾਈ ਕਿਉਂ ਜੇ ਕੌਰਮਾ ਪਾਂਡਵਾਂ ਦਾ ਯੁੱਧ ਹੋਇਆ ਦੀ ਜਦੋਂ ਜੇ ਪਾਂਡਵਾਂ ਦਾ ਏਕਾ ਦੀ ਭਾਈ ਤਾਂ ਹੀ ਕ੍ਰਿਸ਼ਨ ਭਗਵਾਨ ਐਨ ਸਾਕਸ਼ਾਤ ਆ ਕੇ ਨਾਲ ਖੜ ਗਏ ਦੀ ਤਾਂ ਹੀ ਉਹਨਾਂ ਦੀ ਜਿੱਤ ਹੋਈ ਤੁਹਾਡੀ ਏਕਾ ਨਹੀਂ ਹੈਗਾ ਭਾਈ ਤੁਹਾਡਾ ਜਿੱਤ ਕਿਵੇਂ ਹੋਊ ਤੁਹਾਡੀ ਕਿਸੇ ਦਾ ਮੂੰਹ ਕਿੱਧਰ ਆ ਭਾਈ ਕਿਸੇ ਦਾ ਕਿੱਧਰ ਆ ਪੰਡਤ ਤਾਂ ਭੈਣ ਦਾ ਕਿਸਾਨੀ ਦੇ ਗੱਲਾਂ ਕਰਨ ਲੱਗ ਗਿਆ ਓਏ ਹੋਰ ਭਾਈ ਹੈਂ ਨੌਜਵਾਨ ਉੱਥੇ ਨੌਜਵਾਨ ਭਾਈ ਉੱਥੇ ਇੰਨੇ ਬੈਠੇ ਨੇ ਬਾਰਡਰਾਂ ਤੇ ਇੱਕ ਤਾਣੀ ਬੈਠੇ ਨੇ ਬੰਬਾਂ ਮੂਰੇ ਤੁਸੀਂ ਉਰੇ ਬੈਠੇ ਹੋ ਭਾਈ ਆਹ
ਢੂਹਾ ਤੜਾਉਣਾ ਉੱਥੇ ਹਰਿਆਣੇ ਵਾਲੀ ਪੁਲਿਸ ਹੱਥ ਛੱਡ ਮਾ ਡਾਂਗ ਮਾਰਦੀ ਹੈ ਨਾਲੇ ਦੋ ਵਾਰੀ ਬੁੜਕਦੇ ਢੂਹੀ ਚੜਾ ਕੇ ਪਾਗੂ ਮਰੀ ਜਾਂਦਾ ਗੱਲ ਆਪ ਨੀ ਗਿਆ ਨਾਲੇ ਆਪਾਂ ਨੂੰ ਕਹੀ ਜਾਂਦਾ ਤੁਸੀਂ ਕਾਹਤੋਂ ਨਹੀਂ ਗਏ ਜੀ ਪੰਡਿਤ ਜੀ ਮੈਂ ਤਾਂ ਭਾਈ ਵਿਅਸਤ ਵਾਲਾ ਮੈਂ ਤਾਂ ਉਹਦੇ ਕਿਸੇ ਦੇ ਫੇਰੇ ਕਰਾਉਣੇ ਕਿਸੇ ਦੇ ਫੁੱਲਾਂ ਦੇ ਜਾਣਾ ਹੈਂ ਕਿਸੇ ਦਾ ਕਿਰਿਆ ਕਰਮ ਕਰਾਉਣਾ ਮੈਨੂੰ ਤਾਂ 100 ਕੰਮ ਆ ਉਹਰੇ ਸਿਆਲ ਦਾ ਟਾਈਮ ਹੈ ਵਿਆਹ ਕਿੰਨੇ ਨੇ ਬਜ਼ੁਰਗ ਕਿੰਨੇ ਮਰਦੇ ਨੇ ਪੂਰੇ ਹੁੰਦੇ ਨੇ ਹੂੰ ਤੁਸੀਂ ਤਾਂ ਜਾਓ ਭਾਈ ਭਾਗ ਸਿੰਘ ਤੇਰੇ ਵਰਗੇ ਬਜ਼ੁਰਗ ਤਾਂ ਉੱਥੇ ਚੜ੍ਹਦੀ ਕਲਾ ਚ ਬੈਠੇ ਰਹਿਣ ਦੇ ਬਾਬਾ ਰਹਿਣ ਦੇ ਮੇਰੇ ਭੈਣ ਜਾਂਦੀ ਉਮਰ ਕਿਤੇ ਹੋਣਾ ਗੰਗਾ ਚ ਫੁੱਲ ਤੇਰਦੀ ਤੂੰ ਤੇਰੇ ਪਹਿਲੀ ਚਾੜਦੇ ਗੱਡੀ ਤੂੰ ਹੈਂ ਦੇਖ ਲੈਣ ਦੇ ਮੜਾ ਮੋਟਾ ਰੰਗ ਤਮਾਸਾ ਪਿੰਡ ਦਾ ਗੱਲਾਂ ਹੋਣਗੀਆਂ ਨੇ ਪੰਡਿਤ ਜੀ ਨੂੰ ਤਾਂ ਗੱਲਾਂ ਆਉਂਦੀਆਂ ਨੇ ਮੇਰਾ ਅੜਕੀ ਲੱਗਦਾ ਮੁਸਕਲ ਆ ਹੋਰ ਸੀਸੀ ਜੀ ਜਿਹੜੀ ਹੁੰਦੀ ਆ ਜਿਹੜੀ ਤੁਸੀਂ ਲਾਉਣੇ ਹੁੰਦੇ ਹੋ ਕੱਛਾਂ ਦੇ ਤਾਂ ਹੈਂ ਹੋਰ ਚੰਗਾ ਭਾਈ ਜਜਮਾਨ ਮਰਜ਼ੀ ਆ ਤੁਹਾਡੀ ਆਹਾਂ ਓਏ ਹੈ ਆਹਾਂ ਪੰਮਾ ਗੱਪੀਆਂ ਦਾ ਕਿੱਧਰ ਤੁਰਿਆ ਫਿਰਦਾ ਓਏ ਹੈ ਕੁੜੀ ਤਾਂ ਨਹੀਂ ਹੈ ਕਾ ਮੁੰਡਾ ਹੈ ਇਹ ਕੰਦਰ ਦਾ ਕੱਲ ਦੀ ਤੀਵੀਂ ਜਿਹੀ ਲਈ ਫਿਰਦਾ ਹੱਥਾਂ ਦੀ ਇਹ ਉਹ ਤੀਵੀਂ ਨਹੀਂ ਹੈਗੀ ਭਾਗ ਸਿਆ ਕੰਨਿਆ ਦੇਵੀ ਆ ਵਿਚਾਰੀ ਨਿਆਣੀ ਜੀ ਉਮਰ ਦੀ ਆ ਤੂੰ ਤਾਂ ਹਰੇਕ ਨੂੰ ਹੀ ਤੀਵੀਂ ਦੱਸਦਾ ਤੀਵੀਂ ਆ ਭਾਗੂ ਉਹ 2-4 ਸਾਲ ਤਾਂ ਪੀਤੀ ਜੀ ਬਣ ਜਾਂਦੀ ਹੈ ਉਹ ਚੰਗਾ ਮੰਦਾ ਨਹੀਂ ਬੋਲਦੇ ਹੁੰਦੇ ਕਿਸੇ ਇਹ ਕਿਵੇਂ ਤਰ੍ਹਾਂ ਫਿਰਦਾ ਪਿੰਡ ਤੇ ਮੈਨੂੰ ਸਹੀ ਸਮਝ ਤੋਂ ਬਾਹਰ ਹੈ ਗੱਲ ਇਹ ਕੱਲ ਪਰਸੋਂ ਦਾ ਫਿਰਦਾ ਜੀ ਹਾਂ ਸੁਣਿਆ ਦੀ ਮੈਂ ਵੀ ਕਹਿੰਦੇ ਕੋਈ ਫਿਲਮ ਦਾ ਕਰਦੇ ਨੇ ਤੂੰ ਹੀ ਨਾ ਕਦੇ ਕੰਜਰ ਦਾ ਉਹ ਬਦਨਾਮੀ ਕਰਾ ਦੇ ਪਿੰਡ ਤੇ ਕਿਹੜਾ ਫਿਲਮਾਂ ਬਣਾਉ ਇਹ ਗਪੌੜ ਦਾ ਹਸਤਾ ਹੈਗਾ ਇਹ ਹੋ ਜਾਣ ਤੋਂ ਤਰੱਕੀ ਮਾੜੀ ਜੀ ਪਿੰਡ ਦੀ ਵਧੀਆ ਪਿੰਡ ਦਾ ਨਾਂ ਹੋ ਜਾਊਗਾ ਕਿਤੇ ਫਿਲਮਾਂ ਬਣਦੀਆਂ ਨੇ ਕਿਵੇਂ ਕਿਵੇਂ ਲੱਗੇ ਪਏ ਆਪਦੇ ਆਪਦੇ ਕੰਮਾਂ ਨੂੰ ਤੁਹਾਡਾ ਕੰਮ ਸਹੀ ਆ ਬਈ ਕੀ ਪਾਲਦਾ ਫਿਰਦਾ ਓਏ ਉਹ ਯਾਰ ਮੈਂ ਘਰ ਲੱਭਦਾ ਸੀਗਾ ਕੋਈ ਮਿਲ ਜੂਗਾ ਪਿੰਡ 'ਚ ਕਿਉਂ ਘਰੋਂ ਕੱਢਤਾ ਤੀਵੀ ਨੇ ਛੋਟੀ ਸੋਚ ਹੀ ਰੱਖਿਆ ਕਰ ਹਮੇਸ਼ਾ ਓਏ ਪਿੰਡ ਦੇ ਵਿੱਚ ਫਿਲਮ ਦੀ ਸ਼ੂਟਿੰਗ ਹੋਣੀ ਆ ਲੋਕੇਸ਼ਨ ਲੱਭਦੇ ਫਿਰਦੇ ਆ ਆਪਾਂ ਨੂੰ ਘਰ ਚਾਹੀਦਾ ਦੇਸੀ ਆ ਇੱਥੇ ਆਊਗਾ ਹਾਂ ਤਲਵਿੰਦਰ ਮਰੀ ਜਾਂਦਾ ਗਪੌੜਾ ਗੱਲ ਸੁਣ ਮੁੰਡੇ ਦੀ ਇੱਥੇ ਭਾਈ ਫਿਲਮ ਕਰ ਰਹੇ ਆ ਆਪਾਂ ਪੰਜਾਬੀ ਫਿਲਮ ਦੀ ਸ਼ੂਟਿੰਗ ਹੋਣੀ ਆ ਪਿੰਡ ਦੇ ਵਿੱਚ ਤੇ ਅਸੀਂ ਲੋਕੇਸ਼ਨ ਲੱਭਦੇ ਫਿਰਦੇ ਆ ਖੇਤਾਂ ਦੀਆਂ ਓ ਮੇਰੀ ਗੱਲ ਸੁਣੋ ਏ ਇੱਥੇ ਹੋਰ ਨਾ ਕਦੇ ਕਦੇ ਉਹ ਗੰਦੀ ਮੰਦੀ ਫਿਲਮ ਬਣਾ ਦੀ ਕਦੇ ਤੇਰਾ ਕੋਈ ਤਬਾਰ ਬਣੀ ਬੰਬੇ 'ਚ ਦਵਾਇਆ ਇਹ ਪਿੰਡਾਂ ਵਾਲਾ ਮਾਹੌਲ ਆ ਇਸ ਜ਼ਿਮੀਂਦਾਰਾਂ ਦਾ ਪੰਡ ਜੀ ਸਮਝਾਓ ਮਾੜਾ ਜਿਹਾ ਅਨਪੜ ਬੰਦੇ ਨੂੰ ਇਹ ਗੱਲ ਸਮਝਾ ਨਾਲੇ ਹੋਰ ਪਿੰਡ ਦੀ ਬਦਨਾਮੀ ਹੋ ਜਾਂਦੀ ਆਪਾਂ ਪੰਜਾਬੀ ਫਿਲਮ ਕਰਨੀ ਆ ਬਾਈ ਅੱਛਾ ਨਾਲੇ ਮੈਂ ਮੇਰਾ ਤਾਂ ਪਿੰਡ ਆ ਮੈਨੂੰ ਤਾਂ ਸਾਰੇ ਜਾਣਦੇ ਨੇ ਇੱਥੇ ਜਾਣਦਾ ਮੈਂ ਕਿਤੇ ਹੋਰ ਇਹਨਾਂ ਕੋਲ ਫਿਲਮਾਂ ਫੁਲਮਾਂ ਹੀ ਬਣਾ ਦੇ ਇੱਥੇ ਹੈ ਉਹ ਕਹਿੰਦੇ ਸਾਡੇ ਪਿੰਡ ਦੇ ਮੁੰਡੇ ਕੁੜੀਆਂ ਬਗੈੜ ਦੇ ਇੱਥੇ ਇਹੋ ਜਿਹਾ ਕੋਈ ਸਹਿਰਾ ਸੁਰਾ ਨਹੀਂ ਉੱਥੀ ਕਰਿਆ ਕਰੋ ਆਪਦਾ ਇਹ ਜੁਲੀ ਜੀ ਨੇ ਬੰਬੇ ਤੋਂ ਆਏ ਆ ਇਹੀ ਤੇ ਕਬੂਤਰੀ ਜੁੱਲੀਆਂ ਕੋਈ ਨਾ ਹੈ ਇਹ ਤੇਰੀਆਂ ਜੁੱਲੀਆਂ ਨਾ ਕਹੀ ਨਾ ਭਾਗ ਸਿਓ ਨਾ ਕਹੀ ਮੈਨੂੰ ਹੈ ਇਹਨੇ ਨਹੀਂ ਫਿਲਮ ਬਣ ਦੇਣੀ ਇੱਥੇ ਸਰ ਚਲੋ ਜੀ ਇਹ ਬੜਾ ਚਵਲ ਜਿਹਾ ਬੰਦਾ ਓਰੇ ਆ ਗੱਲ ਸੁਣ ਓਰੇ ਆ ਗੱਲ ਸੁਣ ਫਿਲਮ ਦੀ ਸ਼ੂਟਿੰਗ ਹੋਣੀ ਆ ਪਿੰਡ ਦੇ ਬੰਦੇ ਵੀ ਲਵਾਂਗੇ ਤੀਵੀਆਂ ਵੀ ਲਵਾਂਗੇ ਜਵਾਕ ਵੀ ਲਵਾਂਗੇ ਆ ਪਿੰਡ ਦਾ ਸਕੂਲ ਸੱਥ ਸਾਰਾ ਕੁਝ ਗੱਲ ਸੁਣ ਲਾ ਓਏ ਫਿਲਮਾਂ ਫੁਲਮਾਂ ਜਿਹੀਆਂ ਬਣਾਉਣੀਆਂ ਆਪਦੇ ਉੱਧਰ ਬਣਾਇਆ ਕਰ ਜਾ ਕੇ ਸਾਡੇ ਪਿੰਡ ਦੀਆਂ ਤੀਵੀਆਂ ਬੰਦੇ ਕਿਵੇਂ ਲੈ ਲਈਆਂ ਤੂੰ ਹੈ ਤੈਨੂੰ ਕੌਣ ਪੁੱਛਦਾ ਯਾਰ ਪੁੱਛਦਾ ਨਾਲੇ ਹੋਰ ਪੰਚ ਨਾਲ ਆਪਣੀ ਸਿੱਧੀ ਗੱਲ ਬਾਤ ਆ ਨਾਲੇ ਸਰਪੰਚ ਦੇ ਡਾਂਗਾ ਪੈਣਗੀਆਂ ਨਹੀਂ ਤੂੰ ਰੋਕਦਾ ਕਿ ਦੇਖੀ ਤੂੰ ਗੱਲ ਮੈਂ ਤਿਆਰ ਆ ਜੇ ਕੋਈ ਪੰਡਤ ਦਾ ਰੋਲ ਰੂਲ ਹੋਇਆ ਮੈਨੂੰ ਦੱਸੀ ਆ ਹੁੰਦੀ ਪੜੇ ਲਿਖੇ ਬੰਦੇ ਦੀ ਗੱਲ ਹੈ ਮੈਂ ਕਰਾ ਦੂੰ ਫੇਰੇ ਪੂਰੇ ਜੇ ਕਰ ਇਹ ਹੁੰਦੀ ਪੜੇ ਲਿਖੇ ਬੰਦੇ ਦੀ ਗੱਲ ਇਹਨੂੰ ਲੈ ਜਾ ਫਿਰ ਹਾਂ ਅੱਛਾ ਆਪਣੀ ਫਿਲਮ ਦੇ ਵਿੱਚ ਨਾ ਹੀਰੋ ਹਨਾ ਹਾਂਜੀ ਉਹ ਭੱਜ ਕੇ ਵਿਆਹ ਕਰਾਉਂਦੇ ਨੇ ਮੰਦਰ ਦੇ ਵਿੱਚ ਭੱਜ ਕੇ ਵਾਲਾ ਨੀ ਆਪਾਂ ਕਰਦੇ ਰੌਲੇ ਰੱਪੇ ਵਾਲਾ ਕੰਮ ਨੀ ਆਪਾਂ ਕਰਾਉਂਦੇ ਸਹਿਮਤੀ ਵਾਲੀ ਕਰਾਉਂਦੇ ਆਪਾਂ ਕਿਹੜਾ ਕਰਾ ਦੇ ਦੀ ਮੈਂ ਮੁੰਡਾ ਕੁੜੀ ਭੱਜੇ ਹੋਏ ਦੀ 7-8 ਦਿਨ ਠਾਣੇ ਜੀ ਲੱਗ ਗਏ ਦੀ ਮੇਰੇ ਸੁਣ ਲੈ ਉਹ ਪੰਡਿਤ ਜੀ ਇਹ ਨਕਲੀ ਆ ਫਿਲਮ ਦਾ ਸੀਨ ਹੈ ਇੱਕ ਅੱਛਾ ਅਸਲੀ ਨੀ ਆਇਆ
ਮੈਨੂੰ ਐ ਦੱਸ ਤੇਰੀ ਕੁੜੀ ਆ ਕਿ ਤੇਰੀ ਤੀਵੀਂ ਆ ਇਹ? ਜੁਲੀ ਜੀ ਮੈਡਮ ਆ ਬੰਬਈ ਤੋਂ ਆਈ ਆ, ਮਾੜੀ ਮੋਟੀ ਗੱਲਬਾਤ ਨਹੀਂ ਹੈਗੀ। ਮੇਰੀ ਗੱਲ ਸੁਣ ਓਏ, ਇੱਥੇ ਪਿੰਡ ਵਿੱਚ ਕੋਈ ਗੰਦੀ ਮੰਦੀ ਚੀਜ਼ ਨਾ ਬਣਾ ਦੀ, ਮੈਂ ਤੈਨੂੰ ਦੱਸਦਾ ਡਾਂਗਾਂ ਤੇਰੇ ਬਹੁਤ ਪੈਣਗੀਆਂ। ਹੈ ਤੂੰ ਰੋਕ ਦੇਗਾ ਮੈਨੂੰ? ਐ ਪੈਣਗੀਆਂ ਜਿਵੇਂ ਮੰਦਿਰ 'ਚ ਰਪੀ ਡਿੱਗਦੇ ਹੁੰਦੇ ਨੇ। ਨਹੀਂ ਸਮਝ ਗਿਆ ਮੇਰੀ ਗੱਲ? ਤੂੰ ਕੀ ਕਰ ਲਏਗਾ ਯਾਰ, ਮੈਂ ਬਣਾਊਂਗਾ ਫਿਲਮ ਪਿੰਡ 'ਚ। ਨਾਲੇ ਹੋਰ ਨਾਲੇ ਚੱਲੇ ਇੱਧਰ ਚੱਲੇ ਤੁਹਾਡੇ ਜੱਸੀ ਵਾਲੀ ਚੱਕੇ ਮੋਬਾਈਲ ਦਾ ਫਰੀ ਜਾਂਦੇ ਤੁਸੀਂ ਭੈਦਾ ਮਹਿਸ ਜਿਹੜੇ ਜਿਹੜੇ ਤਾਂ ਕੈਮਰੇ ਹੁੰਦੇ ਨੇ ਨਾ ਕੋਲੇ, ਇੱਥੇ ਬਣਾਈ ਦੀ ਜੱਟ ਜਾਣਾ ਮੁੜ ਦੇਖ ਕੇ ਆਏ ਸੀ ਉਦੋਂ ਟਰਾਲੀ ਭਰ ਕੇ ਗਏ ਤੇ। ਹਾਂ ਉਹ ਵੀ ਹੋਣਗੇ ਕੈਮਰੇ ਜਦੋਂ ਸ਼ੂਟਿੰਗ ਸ਼ੁਰੂ ਹੋ ਗਈ। ਅਜੇ ਤਾਂ ਅਸੀਂ ਲੋਕੇਸ਼ਨ ਦੇਖਦੇ ਫਿਰਦੇ ਹਾਂ ਫਿਲਮ ਵਾਸਤੇ। ਦੇਖਦੇ ਫਿਰਦੇ ਹਾਂ ਬਾਈ ਜਾ ਆ ਨਾਲੇ ਤੁਹਾਡੇ ਨਾਲ ਕਿਹਦਾ ਗਪੌੜ ਦਾ ਆ ਜੱਸੇ ਵੱਲੀ ਚੱਲੇ ਆ। ਹੈਂ ਹਾਂ ਜੱਸੇ ਵੱਲੀ ਚੱਲੇ ਆ ਘਰ ਦੇਖ ਕੇ ਆਏ ਉਹਨਾਂ ਦਾ। ਉੱਧਰ ਨਾ ਬਾਈ ਜੀ ਮੇਰੀ ਗੱਲ ਸੁਣ ਲੈ, ਛਤਰਿਆਵਾਲਾ ਇਹੋ ਜਿਹਾ ਫਿਰੂ ਜਿਹੜੀ ਜ਼ਿੰਦਗੀ ਭਰ ਯਾਦ ਰੱਖੇਗਾ। ਪਿੰਡ ਦੇ ਵਿਹਲੜਾ, ਇਹਨਾਂ ਦੇ ਦੋ ਹੀ ਕੰਮ ਆ, ਜਾਂ ਤਾਸ਼ ਕੁੱਟਣੀ ਜਾਂ ਘਰੇ ਜਾ ਕੇ ਜਨਾਨੀ ਕੁੱਟਣੀ ਬਸ। ਸਰ ਕੋਈ ਗੱਲ ਨਹੀਂ, ਇਹ ਅਨਪੜ੍ਹ ਹੋਣਗੇ, ਇਹਨਾਂ ਨੂੰ ਇਹ ਨਹੀਂ ਨਾ ਪਤਾ ਕਿ ਵਧੀਆ ਜੇ ਪਿੰਡ 'ਚ ਫਿਲਮ ਬਣੂਗੀ ਤਾਂ ਸਾਡਾ ਨਾਮ ਰੋਸ਼ਨ ਹੋਊਗਾ। ਆ ਪਿੰਡ ਦਾ ਨਾਮ ਰੋਸ਼ਨ ਹੋਊਗਾ, ਮੈਂ ਪਿੰਡ ਨੂੰ ਬਹੁਤ ਅੱਗੇ ਲਿਜਾਣਾ ਚਾਹੁੰਦਾ। ਇਹ ਲੋਕ ਨਹੀਂ ਸਮਝਦੇ, ਇਹ ਕੁਛ ਨਹੀਂ ਕਰ ਸਕਦਾ ਮੇਰਾ, ਇਹ ਤਾਂ ਨਹੀਂ ਮੈਂ ਡਰਦਾ ਦੱਸਦਾ। ਚਲੋ ਕੋਈ ਗੱਲ ਨਹੀਂ। ਦਾਰੂ ਕੱਢਦਾ ਸੀ ਉਹ ਤੇਰੀ ਮਾਂ ਦਾ ਮਕਲਾਵਾ ਹਵੜੀ ਮਰਲਾ। ਹਵਾ ਇੰਨੀ ਚੱਲੀ ਜਾਂਦੀ ਕਿਸੇ ਨੂੰ ਮੁਸ਼ਕ ਆ ਗਿਆ ਤੇ ਅਗਲੇ ਨੇ ਕੰਪਲੇਂਟ ਕਰ ਦੇਣੀ ਹੈ। ਜੇ ਪੀਣੀ ਹੁੰਦੀ ਹੈ ਤਾਂ ਫੌਜੀ ਫੁਜੀ ਤੋਂ ਰਮ ਰੂਮ ਮੰਗਾ ਕੇ ਪੀ ਲਾ ਕੰਟੀਨ ਚੋਂ। ਓਏ ਰੰਬ ਦੀ ਕਿੱਥੇ ਡਿਗਰੀ ਆ, ਜਿਹੜੀ ਡਿਗਰੀ ਇਹਦੀ ਹੁੰਦੀ ਆ ਇਹ ਤੇਰਾ ਕਾਲਜਾ ਫੂਕ ਦੂਗੀ। ਕਾਲਜਾ ਕਹਿੰਦੇ ਹੋ ਗਿਆ ਟੱਸ ਭੰਨਦੀ ਆ ਸਰੀਰ ਦੀ ਇਹ। ਹਾਂ ਟੱਸ ਭੰਨਦੀ ਆ, ਲੋਕਾਂ ਨੂੰ ਘਰ ਵਸਾ ਕੇ ਦਿਖਾਣਾ ਜੇ ਅੱਡ ਹੋਇਆ ਤਾਂ। ਵਸਾਈ ਹੋਇਆ ਘਰ ਹੋਰ ਘਰ ਜਾੜਦਾ ਭਲਾ ਮੈਂ? ਆ ਕੀ ਗੰਦੇ ਜੇ ਕੱਪੜੇ ਪਾਏ ਹੋਣੇ ਆ, ਚਿੱਟੇ ਕੱਪੜੇ ਪਾ ਕੇ ਰੱਖੋ, ਜ਼ਮੀਨ ਜਾਇਦਾਦ ਤਾਂ ਪਾਣੀ ਖੁੱਲੀ ਹੈ। ਆਹ ਤੇਰੇ ਪਿੱਛੇ ਲਾ ਕੇ ਬਾਂਦਰ ਲਾਣਾ ਨਾ ਕਰਾ ਲੱਗਦੇ ਮੈਂ ਆਪਦਾ। ਸਰਦਾਰ ਬਣ ਕੇ ਰਹੋ, ਹੁਣ ਤਾਂ ਪਰਮਾਤਮਾ ਨੇ ਖੁਸ਼ੀ ਵੀ ਦੇਤੀ ਆਪਾਂ ਨੂੰ। ਓ ਮੇਰੀ ਗੱਲ ਸੁਣ, ਘਰੇ ਕੱਢ ਕੇ ਪੀਨੇ ਆ, ਇਹ ਤੋਂ ਵੱਡੀ ਸਰਦਾਰੀ ਕੀ ਆ? ਉੱਥੇ ਠੇਕੇ ਦੇ ਗੇਟ ਮੂਰੇ ਖੜਿਆ ਹੋਇਆ ਕਰੂੰਗਾ, ਬੇਇੱਜ਼ਤੀ ਨਹੀਂ ਹੋਗੀ? ਅਗਲਾ ਨਾ ਭਾਗ ਸੋਂ ਠੇਕੇ ਦੇ ਗੇਟ ਮੂਰੇ ਖੜਿਆ ਉੱਥੇ। ਉੱਥੋਂ ਲਿਆ ਕੇ ਚੱਜ ਦੀ ਦਾਰੂ ਘਰੇ ਆਣ ਕੇ ਪੀਓ, ਤੁਹਾਨੂੰ ਉੱਥੇ ਕਿੰਨੇ ਕਿਆ ਪੀਣ ਨੂੰ? ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹੋ। ਹੌਲੀ ਮਰ ਲਾ ਮੇਰੇ ਸਾਲੀ ਦੀਦੀ, ਕੋਈ ਰੌਲਾ ਪਾਵੇ ਨਾ ਪਾਵੇ ਤੂੰ ਜ਼ਰੂਰ ਪਾਵੇਂਗੀ ਰੌਲਾ। ਮੈਂ ਕਿਉਂ ਪਾਉਂਗੀ? ਕੱਲ ਨੂੰ ਕਿਸੇ ਨੇ ਕੰਪਲੇਂਟ ਕਰਤੀ, ਕੋਈ ਫੜ ਕੇ ਲੈ ਗਿਆ ਪੁਲਿਸ ਵਾਲੇ, ਤੇ ਫਿਰ ਮੈਂ ਕੀ ਕਰੂੰਗੀ? ਇੱਧਰ ਵੜਨਾ ਨਹੀਂ ਕਿਸੇ ਨੂੰ, ਮੈਂ ਅੱਜ ਕੱਢ ਲਾ ਮੁੜ ਕੇ ਨਹੀਂ ਦਾਰੂ ਕੱਢਦਾ। ਮੇਰੇ ਕੋਲ ਘੋਟਾ ਹੋ ਜੀ 4-5 ਮਹੀਨੇ ਦਾ ਪੂਰਾ, ਆਪਦਾ ਇੰਨੀ ਕੁ ਪੀਕੜੀ ਲਾ ਕੇ ਚੁੱਪ ਕਰਕੇ ਅੰਦਰ ਬਹਿ ਜਾਏ। ਘਰ ਵਸਾਲਾ ਵਸਾਲਾ ਕਰ, ਕਿਉਂ ਸ਼ਰੀਕਾਂ ਤੋਂ ਗੱਲਾਂ ਕਰਾਉਣੀਆਂ ਨੇ? ਰੌਲਾ ਨਾ ਪਾ, ਚੰਗਾ।
ਮੇਰੀ ਗੱਲ ਸੁਣ, ਇੱਧਰ ਨਾ ਬੜਨੀ ਕਿਸੇ ਨੂੰ, ਨਾ ਤੂੰ ਇੱਧਰ ਆਪ ਬੜੀ, ਮੈਂ ਤੂੰ ਪਖਾ ਕੇ ਆਇਆ ਸਮਾਨ ਲਾ ਦੇ, ਤੂੜੀ ਨੂੰ ਅੱਗ ਲਾ ਦੇ। ਮੇਰੇ ਸੜ ਵੀ ਉੱਚੀ, ਤੂੜੀ ਨੂੰ ਅੱਗ ਲੱਗ ਗਈ ਨਾ ਤੇ ਵੇਖ ਲਈ ਤੂੰ। ਕੋਈ ਗਲਤੀ ਗੁਲਤੀ ਨੀ ਕਰੀ ਹੈਗੀ, ਕਿਉਂ ਮੇਰੇ ਮਗਰ ਪਿਓ ਤੁਸੀਂ? ਅਸੀਂ ਕੁਛ ਨੀ ਕਹਿੰਦੇ, ਇਧਰਾਂ ਇਧਰਾਂ ਕਿਵੇਂ ਜਾਂਦਾ ਕਰਕਾ ਵਿੱਚ ਨੀ ਜਿਵੇਂ ਮਿਲਖਾ ਸਿੰਘ ਹੁੰਦਾ। ਭਾਈ ਮੈਂ ਕੋਈ ਧਰਨੇ ਧੁਰਨੇ ਚ ਨੀ ਗਿਆ, ਚਾਹੇ ਸਾਹ ਦਵਾ ਲਓ ਮੇਰੇ ਤੋਂ। ਭੈਣ ਦੇ ਖਾਸਮਾ ਜੇ ਮੈਂ ਦਰਾਰੀ ਤੈਨੂੰ ਕਰਕ ਚ ਕੁੱਟੂਆ, ਇਧਰ ਆ ਜਾ। ਕੀ ਹੋਇਆ ਭੈਣੇ? ਤੇਰੇ ਨਾਲ ਬਾਅਦ ਚ ਗੱਲ ਕਰਾਂਗੇ, ਉਹਨੂੰ ਬੁਲਾ ਨੀ ਪਹਿਲਾਂ। ਭਾਈ ਹਟੀ ਨੀ ਬੇਵਾ, ਤੂੰ ਹਟੀ ਨੀ ਪਵਾਤਾ ਛੱਪ। ਮੈਂ ਤਾਂ ਕੁਛ ਵੀ ਨੀ ਕਿਹਾ। ਕਿਉਂ ਨੀ ਕਿਹਾ ਤੈਨੂੰ? ਆ ਤੇਰੇ ਭੋਜੇ ਹੋਈ ਆ ਕੇ ਫਿਰ ਪਰਦੇ ਦੀ ਗੱਲ, ਇੱਧਰ ਆ ਜਾ ਬਾਬਾ, ਇੱਧਰ ਆ ਜਾ, ਚੰਗਾ ਰਹੇਗਾ। ਇੱਧਰ ਫਿਰ ਇੱਧਰ ਅਸੀਂ ਆ ਨੀ ਸਕਦੇ, ਭੱਜ ਲੇਗਾ ਤੂੰ। ਖੜ ਜਾ, ਖੜ ਆ, ਫੜੋ ਸਰ। ਓਏ ਰੱਬਾ, ਆ ਜਾਂਦੇ, ਰੁਕ ਜਾ ਰੁਕ ਜਾ, ਆ ਜਾਂਦੇ। ਕੋਈ ਗਲਤੀ ਨੀ ਕਰੀ ਭਾਈ, ਮੈਂ ਸਮਝ ਲਵਾ ਲੋ ਚਾਹੇ ਮੇਰੇ ਤੋਂ। ਸਾਨੂੰ ਦੇਖ ਕੇ ਕਦੋਂ ਭੱਜਦਾ ਸੀ? ਭੱਜਦਾ ਸਾਨੂੰ ਦੇਖ ਕੇ। ਹੋਰ ਠੀਕ ਹੈ? ਚਾਹ ਬਣਾ ਤੂੰ ਆਉਣੇ, ਚੱਲ ਜਾਓ ਜਿੰਦਰ, ਮੈਂ ਕੋਈ ਪਰਦੇ ਵਾਲੀ ਗੱਲ ਕਰਦੀ ਕਰ ਲੈਣਾ ਮੈਂ ਗੱਲ, ਕੋਈ ਨਾ। ਇੱਕ ਮਿੰਟ ਸਰ, ਮੈਨੂੰ ਤਾਂ ਕੋਈ ਕਾਣ ਮੀਨ ਲੱਗਦੀ ਆ, ਜਿਹੜਾ ਇਹ ਆਪਾਂ ਨੂੰ ਦੇਖ ਕੇ ਭੱਜਿਆ ਸੀ, ਇਹਨੂੰ ਦੱਸਿਓ ਨਾ ਵੀ ਆਪਾਂ ਕੀ ਕੰਮ ਆਇਆ। ਨਹੀਂ ਆਪਾਂ ਕਿਹਨੂੰ ਦੱਸਣੇ ਨੂੰ? ਹਾਂ ਇਹ ਆਪਣੇ ਆਪ ਮੰਨੋ। ਠੀਕ ਹੈ ਠੀਕ ਹੈ ਠੀਕ ਹੈ, ਕਰ ਦਾਂਗੇ। ਹਾਂ ਹਾਂ, ਕਰ ਲਓ ਕਰ ਲਓ। ਹਾਏ ਲੈ ਜਾ ਸਾਹਿਬ, ਚਾਹ ਬਣਾ ਦੇ, ਚੱਲ ਜਾਓ ਜਾਓ ਤੁਸੀਂ। ਗੱਲ ਕੀ ਹੋਈ ਹੈ ਭੈਣੇ? ਹਾਂ ਹੁਣ ਦੱਸ। ਹੱਥ ਬੰਨ ਕੇ ਬੇਨਤੀ ਆ ਜਨਾਬ, ਮੈਂ ਗਲਤੀ ਜਿਹੜੀ ਹੋਣੀ ਸੀ ਹੋ ਗਈ, ਹਜੇ ਤਾਂ ਮੈਂ ਪੱਠੀ ਚੜਾਈ ਹੋਤੀ, ਹਜੇ ਤਾਂ ਕੱਢੀ ਨਹੀਂ ਗਈ, ਪਾਣੀ ਤੱਤਾ ਹੀ ਹੋਇਆ ਹਲ ਤਾਂ। ਅੱਛਾ ਅੱਛਾ, ਹਾਂ ਹਾਂ, ਪੁਰਾਣੀਆਂ ਪਈਆਂ ਨੇ, ਦੋ ਬੋਤਲਾਂ ਮੈਂ ਤੁਹਾਨੂੰ ਦੇ ਦਿੰਦਾ ਨਾਲ। ਚੱਲ ਕੋਈ ਨਾ, ਉਹ ਤਾਂ ਬਾਅਦ 'ਚ ਦੇਖਦੇ ਹਾਂ, ਅਸੀਂ ਤਾਂ ਕਿਸੇ ਹੋਰ ਕੰਮ ਆਏ ਨਾਲੇ। ਅੱਛਾ ਹੁਣ ਸਮਝਿਆ ਮੈਂ, ਹੁਣ ਲੱਗ ਗਈ ਸਮਝ ਮੈਨੂੰ, ਮੈਂ ਕਾਹਨੂੰ ਕੁਛ ਕਿਹਾ ਤੀਵੀ ਨੂੰ, ਇਹ ਤਾਂ ਕਿਤੇ ਉਈ, ਮੈਂ ਤਾਂ ਉਹਦੇ ਲੋਹੜੀ ਵਾਲੇ ਦਿਨ ਖਾਧੀ ਪੀਤੀ 'ਚ ਕਿਤੇ ਉਈ ਹੱਥ ਪੱਲਾ ਜਾਇਆ, ਮਾੜਾ ਜਿਹਾ ਕਿਹਾ ਗਿਆ ਵੀ ਪ੍ਰਪੋਜ਼ ਭਾਈ ਤੈਨੂੰ, ਮੈਂ ਗੰਦਾ ਮੰਦਾ ਨਹੀਂ ਬੋਲਿਆ, ਮੈਂ ਤਾਂ ਭਾਈ ਕਿਹਾ ਜੀ, ਮੈਂ ਭਾਈ ਤੈਨੂੰ ਪ੍ਰਪੋਜ਼ ਮੇਰੇ ਕਿਹੜੀ ਹੋ। ਉਹ ਸ਼ਿਕਾਇਤ ਤਾਂ ਤੇਰੀ ਇਹ ਵੀ ਆਈ ਹੋਈ ਆ ਸਾਨੂੰ ਪਤਾ ਹੈ, ਪਰ ਅਸੀਂ ਤਾਂ ਹੋਰ ਕਿਸੇ ਕੰਮ ਆਏ ਹੋਏ ਹਾਂ।
ਅੱਛਾ ਕਿਤੇ ਤੁਸੀਂ ਉਹ ਪੂਰੀ ਵਾਲੇ ਕੇਸ ਤੇ ਨਹੀਂ ਆਏ ਜੀ? ਹੈ ਉਹ ਤਾਂ ਜੀ ਮੇਰਾ 90,000 ਚ ਮੈਂ ਆਪਣੇ ਕਹਿੰਦੀ ਪੂਰੀ ਨਾਲ ਵੀ ਹੈ ਕੁਛ ਨਹੀਂ ਕਿਹਾ ਤੀ ਮੈਂ ਤਾਂ ਜੀ ਉਦੋਂ ਮੋਟਰ ਤੇ ਥੋੜ੍ਹੀ ਉਹ ਮਸਕੀ ਵਾਲਾ ਉਹ ਲਾਈ ਫਿਰਦੀ ਸੀ ਖੁਸ਼ਬੂ ਜੀ ਵਾਲਾ ਪਰਫਿਊਮ। ਚੱਲ ਕੋਈ ਨਾ, ਹੈ ਇਹ ਵੀ ਸਾਨੂੰ ਪਤਾ ਸੀਗਾ ਪਰਫਿਊਮ ਜਿਹਾ ਕਹਿੰਦੇ ਨੇ ਪਰਫਿਊਮ ਜਿਹਾ ਉਹ ਲਾਈ ਫਿਰਦੀ ਸੀ ਮੈਨੂੰ ਵਧੀਆ ਲੱਗੀ ਮੈਂ ਹੱਥ ਜਿਹਾ ਫੜ ਕੇ ਕਹਿੰਦਾ ਮਹਾਂ ਪੂਰੀ ਕਿਵੇਂ ਆ ਉਹ ਤਾਂ ਕੰਜਰ ਜੀ ਨੇ ਹੋਰ ਇਹ ਕੁਛ ਕਰਤਾ ਸੀ। ਚੱਲ ਕੋਈ ਨਾ ਨਿਬੜ ਗਿਆ ਸੀ ਤੁਸੀਂ ਆਏ ਨਹੀਂ ਸੀ ਜੀ ਜਨਾਬ ਉਦੋਂ ਹੋਰ ਸੀ ਕੋਈ ਉਹ ਤੁਸੀਂ ਹੈ ਨਹੀਂ ਸੀ। ਚੱਲ ਕੋਈ ਨਾ ਵਿੱਚ ਨਾਲ ਲੱਗਦਾ ਇਹ ਵੀ ਨਿਬੇੜ ਦਾਂਗੇ। ਮੈਂ ਤਾਂ ਉਹਦੇ ਵਾਸਤੇ ਰੱਖੇ ਤੇ ਜੀ 900 ਰੁਪਈਏ ਜੀ ਮੈਂ ਤਾਂ। ਚੱਲ ਕੋਈ ਨਾ ਆ ਜਾ ਅੰਦਰ, ਆ ਜਾ ਅੰਦਰ ਬੈਠ ਕੇ ਕਰਦੇ ਗੱਲ। ਹੋਰ ਵੀ ਗੱਲ ਆ ਜੀ ਕੋਈ? ਹਾਂ ਹਾਂ ਆ ਜਾ ਦੱਸਾਂਗੇ ਤੁਹਾਨੂੰ ਦੇਖਾ ਕਿਤੇ ਪਰਚਾ ਪੜਨਾ। ਹੋਏ ਰੱਬਾ ਹੇ ਬਾਬਾ ਮੁਸ਼ਕ ਪੂਰੀ ਬਚਾਈ ਮੈਨੂੰ ਅਲਾ ਢੋਲ ਚੜਾ ਦਿਓ ਕੱਢ ਕੇ ਨਵਾਂ। ਇੱਕ ਤਾਂ ਘਰੇ ਦੇਸੀ ਸ਼ਰਾਬ ਪਾਰ ਖੇਜ ਕਰਦੀ ਹਾਏ, ਹਾਂਜੀ ਹਾਏ, ਇੱਕ ਇਹਨੇ ਇੱਕ ਲੇਡੀ ਛੇੜੀ ਹੋਈ ਹੈ ਜੀ ਉਹਦਾ ਜੀ, ਇੱਕ ਹੋਰ ਲੇਡੀ ਛੇੜੀ ਹੋਈ ਆ। ਹਾਂ ਹਾਂ ਇੱਕ ਹੋਰ ਛੇੜੀ ਹੈ ਜੀ, ਦੋ ਲੇਡੀਜ਼ ਵਾਲਾ ਜੀ ਇੱਕ ਘਰ ਦੀ ਸ਼ਰਾਬ ਵਾਲਾ ਜੀ। ਹਾਏ ਤਿੰਨ ਹੋ ਗਏ, ਤਿੰਨੇ ਪਰਚੇ ਜੀ। ਠੀਕ ਹੈ ਸਰ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਪਾਈਏ ਸਰ ਕਾਰਵਾਈ। ਨਾ ਜੀ ਸਾਹਿਬ ਜੀ, ਐਂ ਨਾ ਕਰੋ, ਐਂ ਨਾ ਕਰੋ ਸਾਹਿਬ ਜੀ, ਹੈ ਪਾਓ ਤਿੰਨੇ ਪਰਚੇ ਪਾਓ। ਸਾਹਿਬ ਜੀ ਥੱਲੇ ਬੈਠੇ ਹੋ, ਥੱਲੇ ਲੱਗ ਗਏ ਨਾ ਫੱਟੀ ਦਾ ਮੇਰੀ, ਹੈ ਤਿੰਨ ਪਰਚੇ ਨੇ ਚੌਥਾ ਪਾਪਾ ਦੀਆਂ ਗੋਲੀਆਂ ਦਾ। ਉਹਨਾਂ ਵੀ ਪਾਓ ਗੋਲੀਆਂ ਦਾ। ਉਹ ਗੱਲ ਹੋ ਗਈ ਭੈਣੇ, ਮੇਰੀ ਮੇਰੀ ਗੱਲ ਸੁਣੋ ਭਾਈ, ਹੱਥ ਲਾਉਣਾ ਹੈ। ਨਹੀਂ ਲਾਉਂਦਾ ਜੀ, ਅੰਦਰ ਵਾਂਗੂ ਨੂੰ ਬਹਿ ਹੁੰਦਾ? ਨਹੀਂ ਲਾਉਂਦਾ, ਨਹੀਂ ਲਾਉਂਦਾ। ਹਾਂ ਕੀ ਗੱਲ ਕੀ ਹੋਈ ਹੈ? ਤੂੰ ਬਹਿ ਜਾ ਚੁੱਪ ਕਰਕੇ, ਜੇ ਸੁਧਰਦਾ ਸੁਧਾਰ ਲੈਣ ਦੇ, ਤੇਰੇ ਵਰਗੇ ਫਿਰ ਫਿਰਦੀਆਂ ਰਹਿੰਦੇ ਨੇ ਕਚਹਿਰੀਆਂ ਚ ਮਾਗਰ ਮਾਗਰ ਬੰਦਿਆਂ ਦੇ। ਹੁਣ ਤਾਂ ਸੁਧਰ ਗਏ ਨੇ, ਸੁਧਰ ਗਏ ਜੀ, ਜਮਾ ਜਮਾ ਸੁਧਰ ਗਿਆ। ਐਨ ਤੱਕਲੇ ਮੂੰਹ ਸਿੱਧਾ ਜੀ, ਕੋਈ ਬਲ ਬਿੰਗ ਬਲ ਨਹੀਂ। ਬਸ ਕਰਿਆ ਕਰ, ਰਹਿਣ ਦੇ, ਮੈਨੂੰ ਪਤਾ ਹੀ ਆ ਬਾਰੇ ਕੀ ਕੁਛ ਮੰਨ ਕੇ ਆਇਆ, ਤੇਰੇ ਭਾ ਦਾ ਸੁਧਰ ਗਿਆ। ਆਪਣਾ ਥਾਣੇ ਚ ਨਿਬੜ ਗਿਆ ਜੀ ਸਾਰਾ ਕੁਛ ਉਹਦਾ ਜੀ। ਮੈਂ ਇਹ ਨਾ ਤੁਸੀਂ ਦੁਬਾਰਾ ਮੁੱਦਾ ਚੱਕੋ ਜੀ, ਜਿਹੜਾ ਮੈਂ ਤੁਹਾਨੂੰ ਕਿਹਾ ਉਹ ਸੱਚੀ ਗੱਲ ਆ। ਹੁਣ ਚਾਹੁੰਦਾ ਕੀ ਹੈ? ਮੈਂ ਤਾਂ ਚਾਹੁੰਦਾ ਜੀ, ਦੇਖੋ ਪਹਿਲਾਂ ਵੀ ਆਪਾਂ ਥਾਣੇ ਸੁਣਨਾ ਨਿਬੇੜ ਲਿਆ ਸੀ ਜੀ, ਹੈਂ ਪੈਸੇ ਦੇ ਲੈ ਕੇ ਨਿਬੇੜ ਲਓ, ਹੋਰ ਮਾੜਾ ਮੋਟਾ ਜੀ ਕਿਤੇ ਕਰਕੇ 2-4 ਹਜ਼ਾਰ ਰੁਪਈਆ ਕਰ। ਤਿੰਨ ਪਰਚੇ ਆ ਤੇਰੇ ਤੇ, ਤਿੰਨ ਨੇ, ਇੱਕ ਪਰਚੇ ਦਾ 10,000 ਰੁਪਈਆ ਲੱਗੂ। 20,000 ਹੋ ਗਿਆ, 30,000 ਹੋ ਗਿਆ, ਲਿਆ ਹੁਣੀ ਨਿਬੇੜ ਦੇਣੀ ਆ। ਜਾ ਘਰ ਦੀ ਗੱਲ ਆ, ਕੀ ਘਰ ਦੀ ਗੱਲ ਆ? ਇਹ ਨਹੀਂ ਹੈਗਾ ਭਾਈ ਬੀਬਾ ਮੇਰੇ ਕੋਲੇ, ਫਿਰ ਪਰਚਾ ਠੋਕ ਸਾਰੇ ਤੇ। ਉਹਨੇ ਘਰ ਦੀ ਗੱਲ ਆ, ਕਾਨੂੰਨ ਨਹੀਂ ਲਿਆ ਚੱਕ ਕੇ, ਲਿਆ ਆਪੇ ਭੁਗਤੀ ਚੱਲੂਗਾ। ਲਿਆ ਲਿਆ, ਕੋਈ ਨਾ ਦਿੰਨੇ ਆ ਜੀ, ਕਿੱਥੇ ਦਿੰਨੇ ਆ? ਉਹ ਕਾਨਸ ਤੇ ਪੈਣ ਵਾਲੇ ਸਿੱਧੇ ਨਾਲ ਪੈਸੇ ਚੱਕ ਕੇ ਨੇ ਡੱਬੇ ਡੁੱਬੇ ਚ ਪਾ ਲਈ, ਜਿਹਨਾਂ ਦੇ ਲਿਫਾਫੇ ਰੁਪਏ ਚ। ਕੋਈ ਨਾ ਜੀ, ਇੱਥੇ ਬੰਦ ਕਰ ਦਿਓ। ਇਹ ਤਾਂ ਬੰਦ ਕਰ ਦਾਂਗੇ। ਮੈਨੂੰ ਐਂ ਦੱਸ ਬਾਬਾ, ਤੁਹਾਡੇ ਪਿੰਡ ਚ ਧਰਨੇ ਤੇ ਕੌਣ ਕੌਣ ਜਾਂਦਾ? ਕਿਹੜੀਆਂ ਕਿਹੜੀਆਂ ਜਥੇਬੰਦੀਆਂ ਉਰੇ ਸਰਕਾਰ ਮਨੇ, ਕੌਣ ਉਹਨਾਂ ਦੇ ਲੀਡਰ ਨੇਗੇ? ਨਹੀਂ ਦੱਸ ਸਕਦਾ ਜੀ ਤੁਹਾਨੂੰ। ਪਰਚਾ ਤੇ ਫਿਰ ਇੱਕ ਹੋਰ ਠੋਕ ਦੇ। ਦੱਸ ਦੇਣਾ ਜੀ, ਦੱਸ ਦੇਣਾ, ਦੱਸ ਦੇਣਾ। ਇੱਕ ਤਾਂ ਜੀ ਲਿਖੋ ਮੱਗਰ ਜੀ ਹਰੀਕਾ, ਇੱਕ ਹੈਗਾ ਜੀ ਕਾਲਾ ਜਮੇਰ ਦਾ, ਅੱਛਾ ਇੱਕ ਹੈਗਾ ਜੀ ਗੁਰਸਰਨ, ਠੀਕ ਹੈ। ਇਹ ਕਿੱਥੇ ਮਿਲਣਗੇ? ਹੋਰ ਵੀ ਨੇ? ਨਾ ਹੋਰ ਵੀ ਨੇ, ਡੈਣੀ ਆ ਇੱਕ ਦਿਨ ਡੈਣੀ। ਹੋਰ ਲਿਖਾ ਦੇ ਕਿਸੇ ਦਾ, ਜਿਹੜੇ ਹੋਰ ਹੈਗੇ ਨੇਗੇ, ਹੈਂ ਹੋਰ ਲਿਖਾ ਦੇ ਜੀ ਕੋਈ ਹੋਰ ਹੈਗਾ। ਇੱਕ ਲਾਡੀ ਹੈ ਜੀ, ਆ ਤੁਸੀਂ ਆ ਪੜੋ ਬਸ। ਮਿਲਣਗੇ ਕਿੱਥੇ ਇਹ? ਇਹ ਪਿੰਡ ਪੁੰਡ 'ਚ ਹੀ ਹੋਣਗੇ ਜੀ ਕਿਤੇ ਨਾ ਕਿਤੇ। ਅੱਛਾ ਨਾ ਤੁਸੀਂ ਅੱਜ ਵਰਦੀ ਵੁਰਦੀ ਪਾ ਕੇ ਨਹੀਂ ਸਿੱਧੀ ਆ ਗਏ ਜੀ, ਹੈਂ ਉਹ ਅਸੀਂ ਤਾਂ ਸਰਵੇ ਕਰਦੇ ਫਿਰਦੇ ਹਾਂ।
ਤਾਂ ਹੀ ਤਾਂ ਬਿਨਾਂ ਵਰਦੀ ਤੋਂ ਆਏ ਆ। ਜੇ ਅਸੀਂ ਵਰਦੀ ਪਾ ਕੇ ਆ ਜਾਂਦੇ ਤਾਂ ਤੇਰੇ ਵਰਗਿਆਂ ਨੂੰ ਕਾਬੂ ਕਿਵੇਂ ਕਰਦੇ? ਮਿੰਟ 'ਚ ਭੱਜ ਜਾਂਦੇ ਦੇਖ ਕੇ। ਨਾਲੇ ਆ ਕਿਸਾਨ ਕਿੱਥੇ ਫੜੇ ਜਾਣਗੇ ਸਾਡੇ ਤੋਂ ਵਰਦੀ 'ਚ? ਗੱਲਾਂ ਮਾਰਦੇ ਨੇ ਇੱਥੇ। ਚਲੋ ਸਰ, ਆਪਦਾ ਬੰਦੇ ਬਣ ਕੇ ਬਸ ਦੱਸ ਦੋ ਜੀ। ਚੰਗਾ ਐਵੇਂ ਕਿਉਂ ਲੋਕਾਂ ਨਾਲ ਵੈਰ ਲੈਂਦਾ ਫਿਰਦਾ ਪਿੰਡ 'ਚ? ਪੁਲਿਸ ਦਾ ਟੌਂਟ ਕਹਿਣਗੇ ਤੈਨੂੰ ਕੱਲ੍ਹ ਨੂੰ। ਮੈਂ ਕਾਹਨੂੰ ਕਿਸੇ ਕਿਸਾਨ ਦਾ ਨਾਂ ਧਰਿਆ? ਇਹ ਤਾਂ ਜਿਹੜੇ ਪਿੰਡ 'ਚ ਗੋਲੀਆਂ ਗੱਪੇ ਜੇ ਵੇਚਦੇ ਉਹਨਾਂ ਦਾ ਨਾਂ ਧਰਿਆ ਮੈਂ। ਹੈਂ, ਕੰਜਰ ਦੀਆਂ ਕਿਸਾਨਾਂ ਨਾਲ ਗਦਾਰੀ ਕਰਾਂਗੇ ਹੁਣ ਆਪਾਂ? ਹੈਂ, ਉਹ ਬਾਗੂ ਲਓ ਸਮਾਨਤਾ ਦੇ ਦੇ। ਹਾਂਜੀ ਲਓ ਸਮਾਨਤਾ ਦੇ, ਉਹ ਸਮਾਨਤਾ ਦੇ। ਸਮਾਨ ਹਜੇ ਪਾ ਤਾ ਲਵਾਂ ਜੀ, ਮੈਂ ਕੱਢ ਤਾ ਲਵਾਂ। ਉਹ ਜਿਹੜੀਆਂ ਪਹਿਲਾਂ ਕੱਢੀਆਂ ਹੋਈਆਂ ਸੀਗੀਆਂ ਦੋ ਕਹਿੰਦਾ ਸੀਗਾ ਜਿਹੜੀਆਂ ਲੈ ਕੇ ਜਾਊਂਗੇ। ਹਾਂ ਹਾਂ, ਹੋਰ ਹੁਣ ਹਜੋ ਬਾਰੀ ਕੱਟ ਨਾਲੇ ਦੇਖਦੇ ਹਾਂ ਤੇਰੇ ਵਾਲੀ ਦਾ ਵੀ ਸੈਂਪਲ। ਮੈਂ ਤਾਂ ਕਿਹੜੀ ਕਰਦਾ ਜੀ, ਮੈਂ ਤਾਂ ਉਹ ਟਾਈਮ ਜਿਹਾ ਪਾਸ ਕਰਦਾ। ਉਹ ਨਹੀਂ ਵਧੀਆ ਹੀ ਹੋ ਤੇਰੇ ਵਾਲੀ ਵੀ। ਚੱਲ ਦੇਖਦੇ ਹਾਂ, ਅੱਜ ਥਾਣੇ ਬੈਠ ਕੇ ਕਰਦੇ ਹਾਂ ਚੱਕਰ। ਕਰਦੀ ਆ ਓਏ, ਫੜਾ 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 ਫੜਾ। ਮੈਨੂੰ ਪਤਾ, ਉਹ ਪਤਾ ਹੈ ਮੈਨੂੰ ਠੇਕੇ ਵਾਲੀ ਆ ਕਿ ਦੂਜੀ ਹੈ, ਸਾਰਾ ਪਤਾ ਮੈਨੂੰ। ਕਮਾਲ ਦੀ ਗੱਲ ਹੈਗੀ। ਲਾ ਸੀ ਤਾਂ ਧੰਨਵਾਦ ਤੇਰਾ, ਆਈ ਤਾਂ ਅਸੀਂ ਕਿਸੇ ਹੋਰ ਕੰਮ 'ਤੇ, ਤੂੰ ਤਾਂ ਉਂ ਰਗੜਿਆ ਕਿ 25,000 ਨੂੰ। ਤੇਰੀ ਦੀ ਉਹ ਪੱਗ ਆ, ਸਹੀ ਕਹਿੰਦੇ ਨੇ ਲੋਕ, ਉਹ ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ। ਇਹ ਮੇਰੇ ਸਾਲ ਦਾ ਕਾਲਾ ਥਾਣੇਦਾਰ, ਮੈਂ ਉਂ ਰਗੜ ਗਿਆ 25,000 ਨੂੰ। ਹੈ ਬੇ ਦੱਸ, ਹਜੇ ਨਾ ਤੂੰ ਮੈਨੂੰ ਮਿਲਿਆ ਕਰ, ਮਾੜੀ ਜਿਹੀ ਗੱਲ ਠੰਡੀ ਪੈ ਜਾਂਦੇ। ਉਹ ਠੰਡੀ ਪੈਗੀ ਫਿਰ ਸਵਾਦ ਕੀ ਆਊਗਾ? 9 ਸਾਲ ਹੋ ਗਏ, ਹਜੇ ਹੋਰ ਠੰਡੀ ਪਾਉਣੀ ਆ? ਵੀ ਲੋਕ ਤਾਂ ਪਹਿਲੇ ਵੀ ਮਾਣ ਹੈਗੇ ਹੈ, ਭਾਂਤ ਭਾਂਤ ਦੀਆਂ ਗੱਲਾਂ ਕਰਦੇ ਆ, ਉਹੀ ਨਹੀਂ ਮਿੰਨਤਾਂ ਜਰਦੇ ਹੈਗੇ। ਫਿਕਰ ਨਾ ਕਰਿਆ ਕਰ, ਤੂੰ ਮੇਰੇ ਹੁੰਦੇ ਚਿੜੀ ਨਹੀਂ ਫੜਕਣ ਦਿੰਦਾ ਹੁਣ ਮੈਂ। ਹੈ ਬੇ, ਮਾੜੀ ਜਿਹੀ ਨਿਗਾਹ ਰੱਖੀ, ਬੈਠਾ ਤਾਂ ਹੈਗਾ ਤੂੰ, ਮਾੜਾ ਧਿਆਨ ਰੱਖ। ਤਾਂ ਹੀ ਇੱਥੇ ਬੈਠਾ। ਮੈਨੂੰ ਤਾਂ ਨਾ ਸੱਚੀ ਵੀਰੇ ਤੋਂ ਬਹੁਤ ਡਰ ਲੱਗਦਾ, ਜੇ ਵੀਰੇ ਨੂੰ ਪਤਾ ਲੱਗ ਗਿਆ ਨਾ ਹੋਰ ਹੀ ਸਿਆਪਾ ਛਿੜ ਜੂਗਾ। ਕਿਹੜਾ ਵੀਰਾ? ਗੰਗਾ ਗਏ ਫੁੱਲ ਤੇ ਜੋਗੇ ਦਾ ਟਪਾਇਆ ਬੰਦਾ ਕਦੇ ਵਾਪਸ ਮੁੜਿਆ? ਬੇ ਬਸ ਰਹਿਣ ਦੇ, ਮੈਂ ਜਾਣਦੀ ਆ ਵੀਰੇ ਨੂੰ ਕਹੇ ਜਾ, ਅੱਗ ਦੀ ਨਾਲ ਐ ਉਹ। ਤੂੰ ਤਾਂ ਇਕੱਲਾ ਜਾਣਦੀ ਆ, ਮੈਂ ਦੇਖਿਆ ਵੀਰਾ ਜਿੱਥੇ ਇੱਕ ਦੋ ਪਹਿਲਾਂ ਟਪਾਏ ਸੀ, ਇੱਕ ਦੋ ਹੋਰ ਚੱਲ ਜਾਣਗੇ। ਮੈਨੂੰ ਤਾਂ ਹੀ ਫਿਕਰ ਮਾਰੀ ਜਾਂਦਾ, ਜਿੱਦੇ ਵੀਰਾ ਆ ਗਿਆ ਉਹਦੇ ਕੀ ਬਣੂਗਾ, ਮੈਂ ਜਾਣਦੀ ਆ ਉਹਨੂੰ। ਉਹ ਤੂੰ ਤਾਂ ਇਕੱਲੇ ਵੀਰੇ ਨੂੰ ਜਾਣਦੀ ਆ, ਮੈਂ ਉਹਦੇ ਪੂਰੇ ਖਾਨਦਾਨ ਨੂੰ ਜਾਣਦਾ। ਵੀ ਮਾੜੀ ਜਿਹੀ ਨਿਗਾਹ ਰੱਖ, ਐਂ ਕਰ, ਕੱਖ ਤਾਂ ਮੈਂ ਬਹੁਤ ਵੱਢ ਲਏ ਤੇ ਮੈਨੂੰ ਚੁਕਾ, ਮੈਂ ਜਾਵਾਂ ਹੁਣ ਘਰੇ। ਹੋਰ ਵੱਢ ਲਾ ਜੇ ਵੱਢਣੇ ਆ। ਬੇ ਬਸ, ਅੱਖਾਂ ਦਾ ਕੀ ਆ, ਮੈਂ ਕਿਹੜਾ ਕੱਖ ਲੈਣ ਆਈ ਹਾਂ, ਮੈਂ ਤਾਂ ਤੈਨੂੰ ਮਿਲਣ ਆਈ ਸੀ। ਲੈ ਛੇਤੀ ਕਰ, ਐਂ ਕਰ, ਗੱਟਾ ਜਿਹੀ ਚੱਕ ਲੈ ਜੀ ਪਵਾ। ਹਲੋ, ਥੋੜ੍ਹੀ ਜਿਹੀ ਦਲੇਰ ਰਿਹਾ ਕਰ। ਬੇ ਦਲੇਰ ਤਾਂ ਬਥੇਰੀ ਆ, ਆਹ ਲੋਕਾਂ ਤੋਂ ਡਰ ਲੱਗਦਾ, ਤਾਂ ਲੋਕਾਂ ਕੰਨੀ ਵੀ ਦੇਖਣਾ ਪੈਂਦਾ। ਤੇ ਫੜ ਕੇ ਰਾਂ, ਫੜ ਕੇ ਚਰਨੂ, ਨਾ ਮੇਰਾ ਜੋਗਾ। ਕਿਹਦੇ ਜੋਗਾ? ਚਰਨੂ ਜੋਗਾ। ਲੈ ਲੈ ਚੱਲ, ਠੀਕ ਹੈ, ਮੈਂ ਤਾਂ ਜਾਂਦੀ ਹਾਂ, ਮੇਰੀ ਗੱਲ ਸੁਣ, ਧਿਆਨ ਰੱਖੀ ਆਪਦਾ। ਚੰਗਾ।
ਮੈਨੂੰ ਕਹਿੰਦੀ ਆ ਧਿਆਨ ਰੱਖੀਆਂ ਉਹਦਾ ਵੱਢ ਲੈ ਕੱਖਾ ਚੁੰਨੀ ਦੇ ਪੱਲੇ ਨਾਲ ਭਾਈ ਮੂੰਹ ਲੁਕਦਾ ਹੁੰਦਾ ਕਰਤੂਤਾਂ ਹੀ ਲੁਕਦੀਆਂ ਹੁੰਦੀਆਂ ਨਾ ਤੂੰ ਮੇਰੀ ਕਰਤੂਤ ਕੀ ਦੇਖ ਲਈ ਵੇ ਬਰਸੀਨ 'ਚ ਦੇਖੀ ਤਾਂ ਜਾਂਦੀ ਕਦੋਂ ਦਾ ਜਿਹੜੀ ਖਣਿਆਉਣ ਲੱਗ ਰਹੀ ਸੀ ਹੈਂ ਹਜੇ ਕੋਈ ਕਸਰ ਰਹਿੰਦੀ ਹੈ ਬੇ ਬਸ ਤੂੰ ਨਾ ਮੇਰੇ ਨਾਲ ਐਵੇਂ ਨਾ ਖਾਮ ਖਾਦੀ ਲੜਾਈ ਮੁੱਲ ਲੈ ਐਵੇਂ ਸੁਣੇਗਾ ਮੈਂ ਧੋਖੇ ਵੱਜਣੇ ਕਿੱਥੇ ਲੇਖੇ ਦੇਵੇਂਗੀ ਹੈਂ ਉਹ ਪਰ ਧਰਮਰਾਜ ਨੇ ਬਹੀਆਂ ਭਰੀਆਂ ਪਈਆਂ ਨੇ ਤੇਰੇ ਵਰਗੇ ਬੇਵਾ ਔਰਤ ਦੀਆਂ ਹੈਂ ਮੇਰੀ ਗੱਲ ਸੁਣ ਲੈ ਜਮਾਨ ਸੰਭਲ ਕੇ ਬੋਲ ਹੋਰ ਨਾ ਮੈਂ ਇੱਥੇ ਕੁਛ ਸੁਣ ਲਈ ਕੀ ਸੁਣਾਵੇਂਗੀ ਤੂੰ ਬੋਲੀ ਜਾਂਦਾ ਹੈਗਾ ਨਾਲੇ ਧੋਖੇਬਾਜ ਮੈਂ ਨਹੀਂ ਹੈਗੀ ਧੋਖੇਬਾਜ ਤਾਂ ਤੇਰਾ ਉਹ ਜਿਹੜਾ ਜਿਗਰੀ ਯਾਰ ਵੀਰ ਹੈਗਾ ਮੈਨੂੰ ਕਹਿਣਾ ਧੋਖੇਬਾਜ ਕੀ ਧੋਖਾ ਕਰਿਆ ਤੇਰਾ ਉਹਦੇ ਨਾਲ ਉਹਨੇ ਹੈ ਧੋਖਾ ਉਹਨੇ ਘਰ ਖਵਾਤਾ ਤੈਨੂੰ ਸਾਰੀ ਉਹਨੇ ਜ਼ਮੀਨ ਖਵਾਤੀ ਤੈਨੂੰ ਹੈ ਬਸ ਰਹਿਣ ਦੇ ਆਹੋ ਜੇ ਧੋਖਾ ਕਰਦਾ ਹੁੰਦਾ ਆਪਦਾ ਬਣਾ ਜਾਂਦਾ ਕੁਛ ਨਾ ਕੁਛ ਆਪਦਾ ਵਿਆਹ ਕਰਾ ਜਾਂਦਾ ਤੇਰੇ ਸਹਾਰੇ ਰਹਿ ਗਿਆ ਤੂੰ ਫਿਰਦੀਆਂ ਉਹ ਜੋਗੇ ਨਾਲ ਟੱਕਰਾਂ ਮਾਰਦੀ ਬਸ ਰਹਿਣ ਦੇ ਉਹਦੇ ਲੱਛਣਾ ਕਰਕੇ ਨਹੀਂ ਹੋਇਆ ਲੱਛਣ ਮਾੜੇ ਸੀ ਤਾਂ ਨਹੀਂ ਹੋਇਆ ਉਹਦਾ ਵਿਆਹ ਲੱਛਣ ਉਹਦੇ ਮਾੜੇ ਸੀ ਤਾਂ ਹੋਣ ਨਹੀਂ ਦਿੱਤਾ ਕਰਤੂਤ ਤਾਂ ਦੇਖ ਲੈ ਕਹੇ ਜੀ ਉਹਦੀ ਨਾਲੇ ਕੀ ਗੱਲ ਕਰਦਾ ਧੋਖੇਬਾਜ ਦੀ ਹੈ ਧੋਖੇਬਾਜ ਤਾਂ ਉਹ ਹੈ ਜਦੋਂ ਮੈਨੂੰ ਉਹਦੀ ਲੋੜ ਸੀ ਹੈ ਤੂੰ ਹੀ ਨਹੀਂ ਮਾਰੀ ਭੱਜ ਗਿਆ ਨਾਲ ਨਹੀਂ ਖੜਾ ਮੇਰੇ ਹੁਣ ਕੀ ਕਰਾਉਣਾ ਤਾਂ ਮੈਂ ਕਦੋਂ ਨਹੀਂ ਖੜਾ ਤੇਰੇ ਨਾਲ ਉਹ ਹੈ ਮੇਰੀ ਕਮਾਈ ਦੇ ਸੀ ਉਹ ਨਾ ਨੰਬਰ ਆਪਦੇ ਬਣਾ ਗਿਆ ਉਹ ਬਣਾ ਗਿਆ ਨੰਬਰ ਆਪਦੇ ਨਾਲੇ ਹੋਰ ਆ ਲੈ ਗਿਆ ਹੁਣ ਤਾਂ ਕੱਢ ਲਿਆ ਰਸ ਬੇ ਬਸ ਰਹਿਣ ਦੇ ਕੜਬਦੇ ਟਾਂਡੇ ਰਹਿ ਗਏ ਰਸ ਤਾਂ ਪੀ ਗਈ ਤੂੰ ਮੇਰੀ ਗੱਲ ਸੁਣ ਲਾ ਮੈਨੂੰ ਵੱਧ ਘੱਟ ਜੇ ਨਾ ਬੋਲ ਹੋਰ ਕਿਤੇ ਮੈਨੂੰ ਕੁਛ ਤੈਨੂੰ ਸੁਣਾਉਣਾ ਪੈ ਜੇ ਆਪਦਾ ਤੁਰਦਾ ਲੱਗ ਡੰਡੀ ਲੱਗ ਆਪਦੀ ਕੱਪੜੇ ਖਰੀਦੀ ਫਿਰਦੀ ਦੀ ਐਡੀ ਵੀ ਨਿਗਾਹ ਨੀ ਕਮਜ਼ੋਰ ਹੋਈ ਭਾਗੂ ਦੀ ਹਜੇ ਤੇਰੇ ਵਰਗ ਨੂੰ ਮੈਂ 4 ਕਿਲੋ ਤੋਂ ਪਛਾਣ ਦੇਣਾ ਵਾਹ ਓਏ ਦਗੇ ਬਾਜਾ ਤੇਰੇ ਵਰਗਾ ਦਗੇ ਬਾਜ ਤੇ ਮੈਂ ਲੰਡੂ ਮੰਦਾ ਜ਼ਿੰਦਗੀ ਚ ਕਦੇ ਨਹੀਂ ਦੇਖਣਾ ਓਏ ਓਏ ਆ ਜਾ ਓਏ ਭਾਗੂਆ ਆ ਜਾ ਬਹਿ ਜਾ ਕੰਜਰ ਦੇ ਇੱਕ ਥਾਲੀ ਦੀ ਖਾਦਾ ਮਾੜੀ ਮੋਟੀ ਸ਼ਰਮ ਤਾਂ ਕਰ ਲਿਆ ਕਰੋ ਹੈ ਉਹ ਗੱਲ ਕੀ ਹੋ ਗਈ ਤੂੰ ਕਿਉਂ ਭਖਿਆ ਹੋਣਾ ਗੱਲ ਮੋਹਰ ਰਹਿ ਗਈ ਆ ਭਾਵੇਂ ਸਾਰਾ ਕੁਝ ਤਾਂ ਦੇਖ ਲਿਆ ਮੈਂ ਕੀ ਦੇਖ ਲਿਆ ਤੈਂ ਓਏ ਬਸ ਕਰਿਆ ਕਰ ਰਹਿਣ ਦਿਆ ਕਰ ਓਏ ਉਹ ਦੇਖ ਕੀ ਲਿਆ ਤੈਂ ਦੱਸ ਤਾ ਮੈਨੂੰ ਕੀ ਦੇਖ ਲਿਆ ਜਿਹੜੀ ਚਰਨਾਂ ਤੋਂ ਗੁਰਖ ਨਾਉਣ ਲੱਗ ਰਿਹਾ ਉਰੇ ਬਰਸੀਨ 'ਚ ਕਿਹੜੀ ਚਰਨ ਓਏ ਬਸ ਕਰਿਆ ਕਰ ਜੋਗੇ ਬਸ ਕਰਿਆ ਕਰ ਮਾੜੀ ਮੋਟੀ ਸੰਗ ਸ਼ਰਮ ਹੈਗੀ ਆ ਪੱਲੇ ਕੀ ਵੇਚ ਕੇ ਖਾ ਗਿਆ ਕੌਣ ਵੇਚ ਕੇ ਖਾ ਗਿਆ ਕੰਜਰ ਦੇ ਤਿੰਨੇ ਇਕੱਠੇ ਰਹਿੰਦੇ ਸੀ ਇੱਕੋ ਥਾਲੀ 'ਚ ਖਾਂਦੇ ਸੀ ਓਏ ਹੈਂ ਇਕੱਠੇ ਰਹਿੰਦੇ ਸੀ ਇਕੱਠੇ ਪਲਿਆ ਉਹ ਇਕੱਠੇ ਵੱਡੇ ਹੋਇਆ ਸੀ ਹੈਂ ਚਾਰ ਤੇ ਥਾਲੀ 'ਚ ਛੇਕ ਕਿਹਨੇ ਕੀਤਾ ਇਹ ਵੀ ਦੇਖ ਲਾ ਫਿਰ ਵੀਰੇ ਤੇਰਾ ਕੀ ਭੈਣ ਦੇ ਕਿਤੇ ਗੋਂਗਲੂ ਪੱਟ ਲੈ ਤੇਰੇ ਉਹ ਵੀਰੇ ਨੇ ਤਾਂ ਨਹੀਂ ਪੱਟੇ ਉਹਦੇ ਪਿਓ ਨੇ ਤਾਂ ਪੱਟ ਲਏ ਇੱਕ ਦਿਨ ਪਹਿਲਾਂ ਭਾਨੀ ਮਾਰ ਕੇ ਗਿਆ ਬੇ ਤੋ ਖਾਲੀ ਬਰਾਤ ਮੋੜ ਕੇ ਲਿਆਇਆ ਉੱਥੋਂ ਮੈਂ ਉਹ ਫਿਰ ਵੀਰੇ ਦਾ ਕਸੂਰ ਤਾਂ ਸੁਣੂ ਤੀ ਉਹਦੇ ਬਾਪ ਦਾ ਕਸੂਰ ਤੀ ਇਹ ਜੇ ਬਾਪ ਹੁੰਦਾ ਤਾਂ ਉਹਨੂੰ ਦੇਖ ਲੈਂਦੇ ਇਹ ਤਾਂ ਮੈਂ ਉਦੋਂ ਸੋਚ ਲਿਆ ਸੀ ਵੀ ਇਹ ਪਰਿਵਾਰ ਦਾ ਮੰਜਾ ਤਾਂ ਮੈਂ ਬਣੂੰਗਾ ਤੇ ਚੱਕਤਾ ਫਿਰ ਕੰਮ ਰੱਬ ਨੂੰ ਜਾਣ ਦੇਣੀ ਆ ਉਹ ਰੱਬ ਨੂੰ ਜਾਣ ਦੇਣੀ ਹੈ ਹੈਂ ਕੰਜਰ ਦਾ ਇਹਦਾ 4-5 ਸਾਲ ਦਾ ਰਿਸ਼ਤਾ ਹੋਵੇ ਉਹਦੇ ਨਾਲ 4-5 ਸਾਲ ਦਾ ਮੁਹੱਬਤ ਕਰਦਾ ਇੱਕ ਦੂਜੇ ਨੂੰ ਕਰਦੇ ਨੇ ਓਏ ਚਰਨੋ ਤੇ ਵੀਰਾ ਸਾਰੇ ਲੈਂਦੇ ਇੱਕ ਦੂਜੇ ਦਾ ਬਿਨਾ ਕਿੰਨੇ ਸਾਲ ਦਾ 4-5 ਸਾਲ ਦਾ ਹਾਂ ਚਰਨੋ ਤੇ ਵੀਰੇ ਦਾ ਹਾਂ ਮੇਰਾ 9 ਸਾਲ ਦਾ 6 ਸਾਲ ਦਾ ਵਿਆਹ ਨੂੰ ਹੋਏ ਨੇ ਤੂੰ ਕੰਜਰ ਪਿੱਛੋਂ ਲੱਗ ਕੇ ਆ ਕਦੇ ਆਇਆ ਆਈ ਆਊਂਗਾ ਹਜੇ ਤਾਂ ਦੇਖੀ ਅੱਗੇ ਕੀ ਹੋਊਗਾ
ਛਾਲਾਂ ਚ ਕਾਦੂ ਸੋਟੀਆਂ ਮੈਂ। ਤੂੰ ਮੇਰੀ ਗੱਲ ਸੁਣ ਲਾ ਓਏ, ਮੈਨੂੰ ਉੱਚੀ ਬੂਚੀ ਅਚੀਆ ਨਾ ਬੋਲ, ਤੇ ਮੈਂ ਸਿੱਧੀ ਦੱਸਦਾ ਗੱਲ ਮੇਰੀ। ਹੈ ਇਹਦਾ 4-5 ਸਾਲ ਦਾ ਰਿਸ਼ਤਾ, ਜਦੋਂ ਵਿਆਹੀ ਆਈ ਤੀ ਇਹਦੇ ਨਾਲ ਉਹਦੀ ਗੱਲਬਾਤ ਹੋ ਗਈ ਸੀ। ਹੈ ਤੂੰ ਦੱਸ ਕਿ ਤੂੰ ਪਿੱਛੋਂ ਮੰਗਦਾ ਗੱਲਬਾਤ ਕਰਕੇ ਲਿਆ ਜਿਹਦਾ। ਹੈ ਓਏ ਭਾਗੂਆ, ਤੂੰ ਬੱਚਾ ਹਜੇ, ਐਡਾ ਤੂੰ ਵੱਡਾ ਨਹੀਂ ਹੋਇਆ, ਤੈਨੂੰ ਮੈਂ ਗੱਲ ਦੱਸਤੀ। ਚਰਨੋ ਨੂੰ ਮਈ ਮਗਰ ਲਾਇਆ ਸੀ, ਹੋਰ ਸੁਣਨੀ ਆ ਵੀਰੇ ਦੇ। ਹਾਂ ਤੇਰੀ ਉਹ ਭੈਣ ਦੀ ਤੇਰੀ ਦੀ ਹਜੇ ਮੇਰੇ ਸਾਲੇ, ਤੁਸੀਂ ਤੁਸੀਂ ਮੈਨੂੰ ਐ ਦੱਸੋ ਵੇ ਕੀ ਤੁਸੀਂ ਕੱਢ ਲਓਗੇ ਇਹ ਦੁਸ਼ਮਣੀ ਆ ਪਾ ਕੇ ਕਿਸੇ ਇੱਕ ਦੂਜੇ ਯਾਰੀਆਂ ਨਾਲ? ਹੈ ਕੀ ਕੱਢ ਲਓ ਤੁਸੀਂ? ਤੈਨੂੰ ਮੈਂ ਦੱਸਦਾ ਜੋਗਿਆ, ਇਹ ਜਨਾਨੀ ਐਡੀ ਕੁ ਬੇਵਾ, ਐਡੀ ਕੁ ਬੇਵਾ ਜਨਾਨੀ, ਐਡੀ ਕੁ ਲਾਲਚਨ ਜਨਾਨੀ ਆ ਇਹ। ਘਰ ਵਾਲਾ ਹੀ ਨਹੀਂ ਛੱਡਿਆ ਉਹਨੂੰ, ਐ ਚੂਸ ਗਈ ਵੀਰੇ ਨੂੰ ਕੜਬ ਦੇ ਟਾਂਡਿਆਂ ਵਾਂਗੂ ਚੂਸ ਕੇ, ਉਹ ਮਰਿਆ ਭਗਾ ਕੇ ਐਂ ਕਰਕੇ, ਰਸ ਰਸ ਪੀ ਗਈ, ਉਹ ਮਰੇ ਕੜਬ ਦੇ ਟਾਂਡੇ ਭਗਾ ਕੇ। 2.5 ਕਿੱਲੇ ਵੇਚਤੇ ਵੀਰੇ ਨੇ, 2.5 ਕਿੱਲੇ ਦੇ ਪਿੱਛੇ ਉਹ ਰਹਿ ਗਈ ਅੱਧੀ ਕਿੱਲੜੀ ਇਹਦੀ। ਉਹ ਫੇਰ ਕਿੱਡੀ ਗੱਲ ਆ ਯਾਰ ਭਾਗੂਆ, ਪਿੰਡ ਦੀ ਜ਼ਮੀਨ ਸੀ ਪਿੰਡ 'ਚ ਹੀ ਰਹਿ ਗਈ, ਛੁਣਛਣਾ ਰਹਿ ਗਈ ਪਿੰਡ ਦੇ ਵਿੱਚ, ਉਹਦਾ ਮੱਦੋ ਕਹਿੰਦਾ ਭੈਣ ਦਾ ਰੋਹ ਲੈ ਗਿਆ ਗਾ ਸਰਪੰਚ ਲੈ ਗਿਆ। ਉਹ ਕਿਹੜਾ ਮੱਦੋ ਕਹਿੜਾ ਸਰਪੰਚ, ਦੇਖ ਲਈ ਤੂੰ ਐਕਦੀ ਫਸਲ ਕਿਹੜਾ ਵੱਢੂਗਾ ਫਿਰ, ਨਾਲੇ ਸਰਪੰਚ ਤੇਰਾ ਨਾਲੇ ਕੋਈ ਹੋਰ ਆ। ਕੀ ਘੀਰਨੇ ਜੇ ਪਾਈ ਇੰਨਾ ਮੈਨੂੰ ਜੋਗਿਆ, ਪਹਿਲਾਂ ਤਾਂ ਸਹੀ ਸਹੀ ਦੱਸ ਓਏ ਵੀਰਾ ਕਿੱਥੇ? ਮੈਨੂੰ ਕੀ ਪਤਾ ਵੀਰਾ ਕਿੱਥੇ ਆ, ਤੇਰਾ ਦੋਸਤ ਤੇਰੇ ਨਾਲ ਰਹਿੰਦਾ ਰਿਹਾ, ਮੈਂ ਅੱਜ ਆਇਆ ਇੱਥੇ, ਮੈਨੂੰ ਕੀ ਪਤਾ ਵੀਰਾ ਕਿੱਥੇ ਆ? ਤੂੰ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ, ਤੁਸੀਂ ਕਿਤੇ ਮੇਰੇ ਸਾਲ ਵੱਢ ਟੁੱਕ ਕੇ ਹੁੰਦੇ ਨਹੀਂ ਦੱਬ ਦੁੱਬ ਦਿੱਤਾ। ਉਹ ਕਮਾਲ ਕਰਦਾ ਯਾਰ, ਹੁਣ ਮੈਂ ਵੀਰੇ ਨੂੰ ਵੱਢੂਗਾ, ਮੈਂ ਵੱਢੂਗਾ ਵੀਰੇ ਨੂੰ। ਤੂੰ ਵੀਰੇ ਜਦੋਂ ਸਾਰਾ ਕੁਛ ਲੁੱਟ ਕੇ ਖਾ ਗਿਆ ਵੀਰੇ ਨੂੰ ਵੱਢ ਕੇ ਰੁਸਾ ਤੂੰ? ਹੈ ਚਲੋ ਠੀਕ ਆ ਫਿਰ, ਜੇ ਤੈਨੂੰ ਐਂ ਲੱਗਦਾ ਮੈਂ ਵੱਢ ਸਕਦਾ, ਵੱਢਦਾ ਹੂ ਵੱਢਦਾ ਹੂ ਫਿਰ। ਜਮੀ ਯਾਰ ਹੱਦੇ ਹੋ ਗਈ, ਰੱਬ ਨੂੰ ਜਾਣ ਦੇਣੀ ਆ ਓਏ, ਰੱਬ ਨੂੰ ਜਾਣ ਦੇਣੀ ਹੈ, ਇਹੋ ਜਿਹਾ ਕੁਛ ਨਾ ਕਰਿਆ ਕਰੋ। ਹੈ ਤਾਂ ਲੈਣਾ ਕੀ ਆ ਯਾਰ ਮੇਰੇ ਤੋਂ? ਤੂੰ ਲੈਣਾ ਲੂਣਾ ਕੁਛ ਨਹੀਂ, ਮੇਰੀ ਗੱਲ ਸੁਣ ਲਾ ਓਏ। ਹਾਂ ਆ ਮੋਟਰ ਤੇ ਨਾ ਆਇਆ ਕਰ ਇੱਥੇ, ਆਪਦਾ ਜਿੱਥੇ ਮਰਜ਼ੀ ਧੱਕੇ ਖਾਓ ਆਪਦਾ, ਸਮਝ ਗਿਆ ਮੇਰੀ ਗੱਲ? ਕਿਹਦੀ ਮੋਟਰ ਇਹ? ਆਹ ਮੋਟਰ ਵੀਰੇ ਦੀ, ਉਹ ਮੋਟਰ ਮੇਰੀ ਆ, ਸਾਡੀ ਆਹਮਣ ਸਾਹਮਣੇ ਮੋਟਰ ਹੈ, ਆਹ ਮੋਟਰ ਵੀਰੇ ਦੀ ਆ। ਵੀਰੇ ਕੋਲੇ ਇੱਕੋ ਹੀ ਗੱਲਾਂ ਰਹਿੰਦਾ ਹੋਣਾ, ਆਹ ਮੇਰੀ ਆ ਅਤੇ ਉਹ ਵੀ ਮੇਰੀ ਆ, ਆਹ ਮੰਜਾ ਵਿਚਾਲੇ ਐਂ ਡਾਇਆ ਕਰੂੰ, ਆਉਣਾ ਹੋਇਆ ਆ ਜਾਇਆ ਕਰ, ਨਹੀਂ ਆਉਣਾ ਨਾ ਆਇਆ ਕਰ। ਜੋਗਿਆ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਫਿਰ ਵਾਰ ਵਾਰ ਕਹਿਣਾ, ਤੂੰ ਇਹਨਾਂ ਦੋਨਾਂ ਦੇ ਵਿੱਚ ਨਾ, ਤਾਂ ਪਹਿਲਾਂ ਮੈਨੂੰ ਇਹ ਦੱਸ ਦੇ ਵੀਰਾ ਹੈ ਕਿੱਥੇ ਹੈ। ਯਾਰ ਵਾਰੀ ਵਾਰੀ ਮੈਨੂੰ ਕਿਉਂ ਪੁੱਛਦਾ ਤੂੰ ਵੀਰਾ ਕਿੱਥੇ ਹੈ ਯਾਰ? ਕੋਈ ਗੱਲ ਨਹੀਂ, ਜੇ ਸਾਡੇ 'ਚ ਹਿੰਮਤ ਤੁਸੀਂ ਵੀਰ ਨੂੰ ਕਢਾ ਲਾਂਗੇ ਜਾਂ ਕਢਾ ਲਾ ਫਿਰ, ਆਹੀ ਮੰਜਾ ਆਹੀ ਜਗ੍ਹਾ ਇੱਥੇ ਵੀਰੇ ਨੂੰ ਲੈ ਕੇ ਬਿਠਾਉਂਗਾ ਮੈਂ। ਪੱਕੀ ਗੱਲ ਆ? ਯਾਰ ਲਾਲਾ ਜ਼ੋਰ ਓਏ, ਲਾਲਾ ਜ਼ੋਰ ਜਿੱਥੇ ਲੱਗਦਾ ਤੇਥੋਂ। ਹੱਦ ਹੋ ਗਈ ਯਾਰ ਜਮੀ, ਹੱਦ ਨਹੀਂ ਹੋ ਗਈ ਯਾਰ, ਮੈਂ ਤਾਂ ਤੈਨੂੰ ਚੰਗਾ ਬੰਦਾ ਸਮਝਦਾ ਸੀ, ਵੀ ਬਾਹਲੇ ਸਾਲਾਂ ਬਾਅਦ ਭੂਆ ਕੋਲ ਆ ਕੇ ਪਿੰਡ 'ਚ ਰਹਿਣ ਲੱਗ ਗਿਆ, ਚੱਲ ਆਪਣੀ ਸੱਜਣ ਮਿੱਤਰਤਾ ਰਹੀਏ ਇਕੱਠੇ ਰਿਹਾ। ਕੀ ਮਾੜਾ ਕਰਤਾ ਮੈਂ ਜੇ ਪਿੰਡ 'ਚ ਆ ਗਿਆ? ਜੋਗਾ ਨਹੀਂ ਹੈਗਾ ਕੀ ਮਾੜਾ ਕਰਤਾ ਜੇ ਪਿੰਡ 'ਚ ਆ ਗਿਆ? ਤੂੰ ਤਾਂ ਦੇਣੀ ਚੜਨ ਜੋਗਾ ਨਹੀਂ ਹੈਗਾ। ਤੇੜੀ ਚੜਨੂ, ਹੁਣ ਮੈਂ ਥੋਟੀਆਂ ਦੇਣੀਆਂ ਚੜੂੰਗਾ, ਆਪਦੇ ਹੈਗੀ ਆ ਦੇਣੀ ਚੜੂ ਇਹਨਾਂ ਦੀ। ਨਾਲੇ ਬੇਈਮਾਨੀ ਦਾ ਪਿੜ ਖਾਲੀ ਉਹ ਹੁੰਦਾ, ਖਾਲੀ ਉਹ ਹੁੰਦਾ ਬੇਈਮਾਨੀ ਦਾ ਪਿੜ ਦੇਖ ਲਾਂਗੇ, ਖਾਲੀ ਹੁੰਦਾ ਭਰ ਕੇ ਦਿਖਾਉਣ ਵਾਲੇ, ਇੱਕ ਹਾਫਤਾ ਹੀ ਨੇ ਤੁਹਾਨੂੰ ਦਿਖਾਉਂ ਕਰਕੇ ਸਾਰਾ ਕੁਛ। ਮੇਰੀ ਇੱਕ ਗੱਲ ਸੁਣ ਲੈ, ਜੇ ਮੈਨੂੰ ਪਤਾ ਲੱਗ ਗਿਆ ਵੀ ਵੀਰੇ ਨੂੰ ਕੁਛ ਨਾ ਕੁਛ ਹੋ ਗਿਆ, ਸਮਝ ਗਿਆ ਮੇਰੀ ਗੱਲ, ਤੇਰੀਆਂ ਪੁੱਛਾਂ ਸੀ ਚੁਕਾ ਪੁੱਛਾਂ, ਨਾਲੇ ਪਹਿਲਾਂ ਹੁਣੇ ਚੁਕਾਤੀਆਂ, ਤੂੰ ਬਣਾ ਕੇ ਤੇਰਾ ਕੜਾ ਜਾਈ ਵਿੱਚ।